ਜਿਹੜੀ ਟੀਮ ਮੇਰੇ ਤੋਂ ਖੱਬੇ ਪਾਸੇ ਖੇਡਦੀ ਜਿੱਧਰ ਜੋਧਾ ਤੇ ਅਮਨ ਪੱਤਣ ਖੇਡਦੇ ਆ ਇਹ ਸੰਤ ਬਾਬਾ ਹਰਨਾਮ ਦਾਸ ਜੀ ਕਬੱਡੀ ਕਲੱਬ ਸੁਰਖਪੁਰ, ਬਾਬਾ ਬੁੱਲਣ ਸ਼ਾਹ ਕਬੱਡੀ ਕਲੱਬ ਹਸਨਪੁਰ ਤੇ ਦੂਜੇ ਪਾਸੇ ਜਿਹੜੀ ਟੀਮ ਹੈ ਮੇਰੇ ਵੀਰੋ ਬੜਾ ਸ਼ਾਨਦਾਰ ਮੁਕਾਬਲਾ ਰੋਇਲ ਕਿੰਗ ਯੂ ਐਸ ਏ ਛਾਪਿਆਂਵਾਲ ਦੀ ਟੀਮ ਦਾ ਫਾਈਨਲ ਮੈਚ, ਫਾਈਨਲ ਮੈਚ ਵਿੱਚ ਪਟਾਕੇ ਪੈਣ ਲੱਗੇ ਹੈ ਕਿ ਪੈਣ ਗਈਆਂ ਟੱਕ ਭੰਗੜੇ ਤੇ ਢੋਲ ਯਾਰੋ ਵੱਜੂਗਾ, ਮਿਰਚੇ ਦੀ ਪੱਗੀ ਵਾਂਗਰਾ ਕਿਹੜਾ ਹੁਣ ਭੱਜੂਗਾ, ਧੂੜ ਉੱਡਦੀ ਅਸਮਾਨਾਂ ਵਿੱਚ ਰਾਜੂ, ਉਹ ਮੁੰਡਿਆਂ 'ਚ ਸ਼ਰਤ ਲੱਗੀ ਮੈਚ ਕਿਹੜੀ ਟੀਮ ਜਿੱਤ ਕੇ ਲਿਆਜੂ, ਇਹ ਆ ਮਹਿਮਦ ਵਾਲੀਆ ਜੋਤਾ ਮੇਰੇ ਪੰਜਾਬੀ ਆਵਾ ਜੋਤਾ ਮਹਿਮਦ ਵਾਲ ਦਾ ਜਿੰਨੇ ਪਹਿਲੀ ਰੇਡ ਪਾ ਕੇ ਨੌਜਵਾਨ ਨੇ ਧਾਵਾ ਬੋਲ ਦਿੱਤਾ, ਬਹੁਤ ਹੀ ਬਣੀ ਹੋਈ ਸੋਹਣੀ ਚੈਨ ਦੇ ਵਿੱਚੋਂ ਕੌਣ ਗੱਭਰੂ ਕੌਣ ਸ੍ਰੀ ਮਾਂ ਦਾ ਸੇਰ ਪੁੱਤ ਕੀਲ ਕੇ ਪਟਾਰੀ ਵਿੱਚ ਪਾਵੇਗਾ, ਪਰ ਆਵਾ ਜੋਤਾ ਨੌਜਵਾਨ ਸਰਦਾਰ ਪਰਮਜੀਤ ਸਿੰਘ ਦਾ ਪੁੱਤ ਮੇਰੇ ਵੀਰਿਓ, ਇਹ ਹੈ ਮਹਿਮਦ ਵਾਲੀਆ ਸੰਦੀਪ ਦੇ ਵਾਂਗਰਾ ਨਾਂ ਚਮਕਾਉਣ ਆ ਚੱਲਿਆ ਬੱਚੀ ਖੇਡ ਮੈਦਾਨ ਦੇ ਵਿੱਚ ਨੌਜਵਾਨ ਸ਼ਕਰਪੁਰੀਆ ਹੈ, ਬੱਚੀ ਤੇ ਜੋਧਾ, ਜੋਧਾ ਤੇ ਬੱਚੀ, ਜੋਧਾ ਤੇ ਬੱਚੀ ਟੱਕਰ ਖੇਡ ਮੈਦਾਨ ਵਿੱਚ ਮੇਰੇ ਵੀਰਿਓ, ਮੱਚੀ ਇੱਕ ਪਾਸੇ ਲਾਲ ਨਿੱਕਰ ਝੰਡੀ ਦੇ ਨਾਲ ਗੱਡੀ ਰੁਕਦੀ ਹੈ ਪਰ ਬੱਚੀ ਨਹੀਂ ਜੱਫਾ ਲਾ ਸਕਿਆ, ਜੋਧਾ ਨੌਜਵਾਨ ਸੁਰਖਪੁਰੀ ਹੈ, ਕਬੱਡੀ ਸੁੱਚਾ ਧਰਮੀ ਪੁਰੀਆ ਮੇਰੇ ਵੀਰਿਓ ਸੁੱਚਾ ਫੀਡ ਮੈਦਾਨ ਦੇ ਵਿੱਚ ਦਾਰਾ ਸਿੰਘ ਨੂੰ ਮਾਣ ਹੈ ਆਪਣੇ ਪੁੱਤ ਤੇ, ਇੱਕ ਤਾਂ ਚਗਾਵਾਂ ਵਾਲਾ ਧਰਮੋਂ ਚੱਕਿਆ ਦਾਰਾ ਆਇਆ, ਦਾਰਾ ਦੇ ਪੁੱਤ ਮੇਰੇ ਵੀਰੋ ਸੁੱਚਾ, ਉਹ ਮੇਜਰ ਦਾ ਜਿਹਨੂੰ ਜੱਫਾ ਵਧੀਆ ਲੱਗਾ ਤਾੜੀਆਂ ਮਾਰ ਦਿਓ ਮੇਰੇ ਵੀਰਿਓ, ਵਾਹ ਵਾਹ ਨੌਜਵਾਨਾਂ ਟੌਰ ਪਰਿਵਾਰ ਨੂੰ ਮਾਣ ਹੈ, ਪਿਤਾ ਦੀ ਛਾਤੀ ਜੋੜੀ ਹੁੰਦੀ ਜਦੋਂ ਪੁੱਤ ਖੇਡਦਾ ਹੈ, ਮੇਜਰ ਟੌਰ ਰੋਇਲ ਕਿੰਗ ਯੂਐਸਏ ਦਾ ਨਾਮ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੈ, ਪਰ ਨਹੀਂ ਰੀਸਾ ਨੌਜਵਾਨ ਦੀ ਹੈ, ਚੜ੍ਹਦੇ ਸੂਰਜ ਨੂੰ ਸਜਦਾ ਕਰਦਾ ਹੈ, ਲਾਪੀ ਜੋਧਾ ਕਹਿੰਦੀ ਇਸ ਨੌਜਵਾਨ ਨੂੰ, ਇੱਕ ਪਾਸੇ ਚਾਹੇ ਗੱਭਰੂ ਦੁਨੀਆ ਭਰ ਦੇ ਵਿੱਚ ਮਸ਼ਹੂਰ ਏ, ਇੱਕ ਕੰਨੀ ਦੇ ਉੱਤੇ ਯਾਦੇ ਦਾ ਸੋਟਾ ਵੀਰੇ, ਪਰ ਦੂਜੇ ਪਾਸੇ ਵੇਖਾਂਗਾ ਨੌਜਵਾਨ ਗੱਭਰੂ ਅਮਨ ਪੱਤੜ, ਅਮਨ ਪੱਤੜ ਪਰ ਨਹੀਂ ਜਫਾ ਲਾ ਸਕਿਆ ਜੋਧੇ ਨੂੰ ਵਿਚਕਾਰ ਨੌਜਵਾਨ ਸਿੱਪੀ ਵਿਚਕਾਰ ਨਾਲ ਮੇਜਰ ਪਰ ਹਲਕਾ ਜਿਹਾ ਟੱਚ ਕੀਤਾ ਹੈ, ਇਹ ਤਿੰਦਾ ਪਰਜੀਆਂ ਪਿੰਡ ਵਾਲਾ, ਤਿੰਦਾ ਪਰਜੀਆਂ ਵਾਲੇ ਨੂੰ ਦੁਨੀਆ ਜਾਣਦੀ ਹੈ ਮੇਰੇ ਵੀਰੇ, ਇਸ ਨੌਜਵਾਨ ਦੇ ਚਰਚੇ ਦੁਨੀਆ ਭਰ ਦੇ ਵਿੱਚ ਹੁੰਦੇ ਆ ਕਿ ਪਿੰਡਾਂ ਲੱਖਾਂ ਵਰਗਾ ਪਾਣ ਜਿਹੜਾ ਸੀ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਲਾਪੀ ਆ ਜਿਹੜਾ ਨੌਜਵਾਨ ਸਰਵਣ ਨਾਮ ਆ ਤੇ ਸਾਪਿਆਂ ਵਾਲੀ ਪਿੰਡ ਵਾ ਮੇਰੇ ਪੰਜਾਬੀ ਵੀਰੋ, ਯਾ ਸਰਵਣ ਸਾਪਿਆਂ ਵਾਲੀ ਇੱਕ ਕੰਨੀ ਤੇ ਔਰ ਜਾਦੇ ਦਾ ਸੋਟਾ ਵੀਰ ਵੈ ਜੋਧਾ, ਇੱਕ ਕੰਨੀ ਦੇ ਤੇ ਜੋਧਾ ਜੋਧਾ ਜੇਦਾ ਜਫਾ ਲੱਗੇ ਪਰ ਸਵਰਨ ਸਿੰਘ ਦਾ ਪੁੱਤ ਸਰਵਣ ਹਲੇ ਵੀ ਯਤਨ ਕਰਦਾ ਕੋਸ਼ਿਸ਼, ਦਰਸ਼ਕ ਵੀਰਿਓ ਵਾਹ ਵਾਹ ਨੌਜਵਾਨਾਂ ਐ ਚੰਬੜ ਗਿਆ ਜਿਵੇਂ 11 ਇੱਕੀ ਨੂੰ ਪੱਤਾ ਲਪੇਟ ਸੁਣ ਕੀ ਚੰਬੜਦੀ ਹੈ, ਪੁਆਇੰਟ ਇਹ ਹੈ ਜੋਧਾ ਔਜਲੇ ਪਰਿਵਾਰ ਦਾ, ਆ ਚੱਲਿਆ ਪਣਤਾ ਦਾ ਮੁੰਡਾ ਚੜ੍ਹਦੇ ਸੂਰਜ ਦੇ ਪਹਿਲੇ ਪੈਰ ਵਰਗਾ, ਜਿਹਦਾ ਯਾਫੀਆਂ ਉੱਤੇ ਟੈਕ ਹੁੰਦਾ 12 ਬੋਰ ਦੀ ਬੰਦੂਕ ਦੇ ਫੈਰ ਵਰਗਾ, ਹੱਥ ਲਾ ਕੇ ਹੰਦਿਆਂ ਵੱਲ ਨੂੰ ਆਉਣਾ ਹੁੰਦਾ ਕਿਸੇ ਅਫਸਰ ਦੀ ਸ਼ਾਮ ਨੂੰ ਸੈਰ ਵਰਗਾ, ਪਰ ਨਹੀਂ ਰੀਸਾ ਅਵਤਾਰ ਤਾਰੀ ਖੀਰਾਂ ਵਾਲੀ ਹੈ, ਇਸ ਨੌਜਵਾਨ ਦੇ ਚਰਚੇ ਚੱਲਦੇ ਹੈ, ਗੱਗੀ ਦਾ ਪੇਂਡੂ ਹੈ, ਚੰਨ ਦਾ ਪੇਂਡੂ ਹੈ, ਸੁਰਲੀ ਦਾ ਪੇਂਡੂ, ਅਵਤਾਰ ਤਾਰੀ ਲਾ ਤਗੜਾ ਜੱਫਾ ਇੱਕ ਅੰਕ ਦਾ ਵਾਧਾ, ਇਹ ਆ ਬੱਬਾ ਅਬ੍ਰਹਮਵਾਲ ਦਾ ਮੇਰੇ ਵੀਰਿਓ ਖੇਡ ਮੈਦਾਨ ਵਿੱਚ ਕਬੱਡੀ ਪਾਉਣ ਦੇ ਵਾਸਤੇ, ਜੇ ਹਵਾਏ ਫੈਸਲਾ ਕਰੇਗੀ ਉਸ ਰੋਸ਼ਨੀ ਕਾ ਜਿਸ ਦੀਵੇ ਮੈਂ ਦਮ ਹੋਗਾ ਉਹ ਟਿਕ ਜਾਏਗਾ, ਜੇ ਹਵਾਏ ਫੈਸਲਾ ਕਰੇਗੀ ਉਸ ਰੋਸ਼ਨੀ ਕਾ, ਜੋਧਾ ਬੱਬਾ ਬੱਬਾ ਤੇ ਜੋਧਾ ਇੱਕ ਅਬ੍ਰਹਮ ਵਾਲੀਆ ਬੱਬਾ ਜੋਧਾ ਸੰਗੋਜਲਾ, ਇਹ ਆ ਸੁਰਖਪੁਰੀਆ ਜੋਧਾ ਮੇਰੇ ਪੰਜਾਬੀ ਵੀਰਿਓ, ਪੁਆਇੰਟ ਜੀ ਸਾਡਾ ਵੀਰ ਗਗਨ ਬਾਬਾ ਬਕਾਲੇ ਵਾਲਾ ਕਹਿੰਦਾ ਹੈ ਜੇਕਰ ਤਿੰਦੇ ਨੂੰ ਜਫਾ ਲੱਗੇ 200 ਹੋਵੇਗਾ, ਨਹੀਂ ਤਾਂ ਤਿੰਨਾਂ ਰੇਡਾਂ ਦੇ ਉੱਪਰ ਤਿੰਦੇ ਪਰਜੀਆਂ ਵਾਲੇ ਨੂੰ ਦਿੱਤੇ ਜਾਣਗੇ ਮੇਰੇ ਵੀਰਿਓ, ਇਹ ਗਗਨ ਬਾਬਾ ਬਕਾਲਾ ਸਾਹਿਬ ਵਾਲਾ ਅਮਰੀਕ ਦੇ ਮਾਣ ਭੇਜਦਾ ਹੈ, ਅਮਰੀਕ ਸਿੱਧੂ ਪ੍ਰੋਪਰਟੀ ਡੈਜਰ ਵਾਲਿਓ ਕਰੋ ਫਿਰ ਕਿੰਨੇ ਮਾਣ ਸਮਾਨ ਕਰੋਗੇ ਇਸ ਮੈਚ ਦੇ ਉੱਤੇ, ਆ ਲਾਸਟ ਮੈਚ ਵਾ ਬਹੁਤ ਜੋਤਾ ਕਬੱਡੀ ਪਾ ਰਿਹਾ ਭਾਰੇ ਸਰੀਰ ਦਾ ਮਾਲਕ ਤੇ ਤਾਰੀ ਇਹ ਵੀ ਮੰਨਿਆ ਪਰ ਮੰਨਿਆ ਜਾਫੀ
नी बह जा बिलो छाल मार के टांगा चले आई खलचिया छाल मार के बह गया तारी पट्टे परिवार का दुले वालों हला छेड़ी दी जा रही है कि जोत्या क्यों जफा सामने फिर बच्ची रेड़ पाउंदा नौजवाना एक कनी देते अमन पत्तर पर टेक्निकल पॉइंट जेड़ा सी और रेडर दे हिस्से है सुचा चलिया धर्मी वाल आ जेड़ा नौजवान चीते दी तौर ते दुनिया विच जाना जांदा सुचा धर्मी वाल दी धरती दा दारा सोनू मान है के पैण घुग्गियां पट्टां च मेरे कुल्ला दारे ना सवेरे या दारा सोनू दा पुत हल्का जा टच ला के एक अंक दा वादा बाबा हरनाम दास जी कबड्डी क्लब हसनपुर की टीम दे लई वादा कर चुके है दूजे पासे देखांगे रॉयल किंग यूएसए की टीम वालों लाली जी कहिंदे कोच ने उते विदेशां दे विचों बड़े स्पोंसर करदे इस टीम नूं अज छापियां वाल दी टीम दे लई खेडदे पए ने उधरले पासे इह कलाबा लक्ष्मी नंगल वाला पर जोधा मुड़दे पैरी कंक दा वादा अपनी टीम दे लई कर चुके है लापे चलिया नौजवान तिंदा परदियां वाला खेड मैदान दे विच पड़ते थापी मारी आ नौजवान दे 200 रुपया होवेगा जेड़ा यफा लावेगा गगन बाबे बकाले बड़ा कहंदा है कि 200 देवांगे 200 सिपी सिपी खीरा वाल वाला है सिपी हमेशा समुंदर मारो तारियां दर्शक वीडियो ए सिपी है जेड़ा 50 रुपया पीछे बंदा मार दे 200 देता है बाजी डॉलर लगे सी 2012 ते 13 विच अतलपुरिए सिप्पी ते गोली दी मशहूर जोड़ी सी मेरे वीरियो उन्हां दा धन्नवाद अज प्रसिद्ध खिडारी अत करौंदे पए है सरवण छापियां वाल दा सरदार सवर्ण सौं दा पुत जोधे नूं टच जोधा कहिंदा टच हो गया हड़का जिहा इधर सिप्पी आप परत नूं यफा लावे ते 100 मैं तैनूं देवांगा 100 मैं तैनूं देवांगा ਪੜਨੂੰ ਯੱਫਾ ਨਹੀਂ ਲੱਗਾ ਇਧਰ ਸਿੱਪੀ ਸਿੱਪੀ ਖੇਡ ਮੈਦਾਨ ਦੇ ਵਿੱਚ ਇੱਕ ਕੰਨੀ ਦੇ ਤਿਆਰ ਬਰ ਤਿਆਰ ਵੈ ਪਰ ਟੱਚ ਮਾਰ ਗਿਆ ਨੌਜਵਾਨ ਪੰਡਤ ਸੁੰਦਾ ਰਹਿ ਪੜਤਾ ਸਦਕੇ ਤੇਰੇ ਜਾਵਾਂ ਜੀ ਨਾ ਕਰੇ ਇਸ ਗਰਾਊਂਡ ਤੋਂ ਤੈਨੂੰ ਇੱਕ ਪਲ ਵੀ ਦੂਰ ਹਟਾਵਾਂ ਸੋਹਣੀ ਰੇਡ ਵਾ ਤੇਰੀ ਜਾਵੇਂ ਦਿਲ ਨੂੰ ਠੱਗੀ ਜੱਜ ਤੋਂ ਤੈਨੂੰ ਪਿੰਡ ਪ੍ਰਾਚੇ ਵਾਲੇ ਦੀ ਉਮਰ ਵੀ ਲੱਗੀ ਕਿ ਜੱਜ ਤੋਂ ਤੈਨੂੰ ਪਿੰਡ ਪ੍ਰਾਚੇ ਵਾਲੇ ਦੀ ਉਮਰ ਵੀ ਲੱਗੀ ਬੱਬਾ ਅਬਰਾਮਵਾਲ ਤੇ ਗੁਲਾਬਾ ਲਕਸ਼ਰੀ ਨੰਗਲ ਵਾਲੇ ਦਾ ਭੇੜ ਮੇਰੇ ਵੇਦਾਮੇ ਵੀਰਿਓ ਹੋ ਗਿਆ ਖੇਡ ਮੈਦਾਨ ਵਿੱਚ ਗੁਲਾਬਾ ਤੇ ਬੱਬਾ ਮੇਰੇ ਵੀਰਿਓ ਅਬਰਾਮਵਾਲ ਸੋਨੂ ਦਾ ਪੇੜੂ ਹੈ ਲਕਸ਼ਰੀ ਨੰਗਲ ਵਾਲਾ ਗੁਲਾਬਾ ਨਹੀਂ ਯੱਫਾ ਲਾ ਸਕਿਆ ਆ ਨੌਜਵਾਨ ਗੱਭਰੂ ਕਹਿੰਦੇ ਸੈਂਕਰ ਸਦਮਾ ਵਾਲੇ ਦੇ ਭਲੇਖੇ ਪਾਉਂਦਾ ਹੈ ਕਿ ਫਿਰੇ ਪੱਟਾਂ ਉੱਤੇ ਥਾਪੀਆਂ ਤੂੰ ਮਾਰਦਾ ਜੇ ਟੱਕਰ ਗਿਆ ਬਗਾਨੇ ਪਰਿਵਾਰ ਦਾ ਉਹ ਫਿਰ ਕਿਤੇ ਵੀ ਨਹੀਂ ਜੀ ਲੱਗਦਾ ਦੇਖੀ ਘੋੜੀਆਂ ਚ ਘੋੜੀਆਂ ਭਜਾ ਕੇ ਨਹੀਂ ਘਰੇ ਪਤਾ ਕੀ ਲੱਗਦਾ ਦੇਖੀ ਘੋੜੀਆਂ ਚ ਘੋੜੀਆਂ ਭਜਾ ਕੇ ਨਹੀਂ ਘਰੇ ਪਤਾ ਕੀ ਲੱਗਦਾ ਇਹ ਮੈਂ ਕੱਲੀ ਕੱਲੀ ਵੰਡੀ ਗਈ ਨਹੀਂ ਅੱਧੀ ਅੱਧੀ ਵੰਡੀ ਗਈ ਨਾ ਮੈਂ ਮਾਪਿਆਂ ਨੇ ਰੱਖੀ ਨਾ ਮੈਂ ਸੌਰਿਆਂ ਦੀ ਹੋਈ ਜਿੰਨਾ ਜ਼ਿੰਦਗੀ ਚ ਹਸੀ ਉਹਨਾਂ ਡੋਲੀ ਵੇਲੇ ਰੋਈ ਚੂੜੀ ਖੰਨੇ ਵਿੱਚ ਰਹਿ ਗਈ ਤਕਦੀਰ ਬਣ ਕੇ ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ ਲੋ ਬੱਚੀ ਦਾ ਇੱਪਣ ਪਿੰਡ ਹੈ ਪਰ ਸ਼ੱਕਰਪੁਰ ਦੇ ਲਈ ਪ੍ਰਸਿੱਧ ਹੈ ਮੇਰੇ ਵੀਰਿਓ ਬੱਚੀ ਇੱਕ ਅੰਕ ਦਾ ਵਾਦਾ ਸੁੱਚਾ ਕਿ ਮੋਢੇ ਤੇ ਪੱਟਾ ਬੋਲਦਾ ਹੁਣੇ ਜਾ ਪਾਣਾ ਵਰਤਿਆ ਸੁੱਚਾ ਸੀ ਛੁੱਟੀ ਲੈ ਕੇ ਜਦੋਂ ਸੀ ਘਰੇ ਪੱਤਿਆ ਸੁੱਚਾ ਧਰਮੀ ਵਾਲਿਆ ਕਬੱਡੀ ਪਾਰਿਆ ਲੈ ਵੀ ਪ੍ਰਾਚੇ ਯਾਰ ਗੱਲ ਮੁੰਡੇ ਦੀ ਸਿੱਪੀ ਆ ਸੁੱਚਾ ਸਰੀਰ ਵੇਖ ਲੋ ਭੁੱਖ ਲੈਂਦੀ ਆ ਵੇਖ ਕੇ ਸੁੱਚੇ ਦਾ ਸਰੀਰ ਆ ਵੇਖ ਕੇ ਸਰੀਰ ਵੱਲ ਭੁੱਖ ਲੈਂਦੀ ਪੂਰੀ ਲੱਗਦਾ ਜ਼ਰੂਰ ਇਹਨੇ ਕੋਈ ਚੁੰਗੀ ਹੋ ਬੁਰੀ ਧਰਮੀ ਵੱਲ ਪਿੰਡ ਨੂੰ ਮਸ਼ਹੂਰ ਕੀਤਾ ਆਂਦਾ ਰਾਜ ਸਾਡੇ ਜਵਾਨਾ ਰਾਜ ਸਾਡੇ ਚਮਕੀਲੇ ਦਾ ਇੱਕ ਗੀਤ ਸੀ ਕੁੜੀਓ ਰਾਜ ਸਰਦ ਮੇਰੇ ਯਾਰ ਨੇ ਗਲੀ ਦੇ ਵਿੱਚੋਂ ਨਗੜਾ ਲੋਕ ਕਹਿੰਦੇ ਚਮਕੀਲਾ ਮਾੜਾ ਗਾਉਂਦਾ ਸੀ ਪਰ ਕੁਝ ਚੰਗਾ ਵੀ ਗਾਇਆ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਪਾਣੀ ਦੀਆਂ ਬੁਲਬਲਿਆ ਕੀ ਮਰਿਆਦਾ ਨੇ ਤੇਰੀਆਂ ਜੋੜਾ ਕਬੱਡੀ ਪਾਉਣ ਦੇ ਵਾਸਤੇ ਕਰ ਚੁੱਕਿਆ ਮੇਰੀ ਵੀਰੋ ਤੁਸੀਂ ਸੁਣਿਆ ਨਹੀਂ ਚਮਕੀਲੇ ਵਰਗਾ ਕੋਈ ਵਧੀਆ ਗਾਉਂਦਾ ਹੀ ਨਹੀਂ ਸੀ ਜੇ ਚੰਗੀ ਤਰ੍ਹਾਂ ਸੁਣਿਆ ਹੋਵੇ ਤੇ ਆਪਾਂ ਸੁਣਦੇ ਗਾਉਂਦਾ ਤੇ ਜਫਾ ਪ੍ਰਸਿੱਧ ਜਾਫੀ ਭਾਵੇਂ ਕਹਿਰਾ ਸਰੀਰ ਹੈ ਪਰ ਜਫੇ ਬੜੇ ਤਗੜੇ ਲਾਉਂਦਾ ਮੇਰੇ ਪੰਜਾਬੀ ਵੀਰਿਓ ਪੁਆਇੰਟ ਰੇਡਰ ਦਾ ਉੱਥੇ ਸਾਡਾ ਵੀਰ ਅਰਸ਼ ਨਿਊਜ਼ੀਲੈਂਡ ਦੇ ਵਿੱਚੋਂ ਤੱਕਦਾ ਸੁੱਕ ਆਸਟ੍ਰੇਲੀਆ ਚੋਂ ਨਾਲ ਸਾਡਾ ਯੂਕੇ ਵਾਲਾ ਲੈਪਿੰਗ 200 ਦਾ ਜਫਾ ਲੱਗ ਗਿਆ ਗਗਨ ਪਹਿਲਾ ਹੁਣ ਫਿਰ ਬਾਅਦ ਦੇ ਵਿੱਚ ਦੱਸਾਂਗੇ ਕਿ ਕੀ ਗੱਲ ਕਰਨੀ ਹੈ ਕਬੱਡੀ ਲੱਖ ਲੱਖ ਦੀ ਹੈ ਕਬੱਡੀ ਲੱਖ ਲੱਖ ਦੀ ਹੈ ਘੁੰਮਦੀ ਹੋਈ ਚੈਣਵਾ ਚਾਰੇ ਤਿਆਰ ਬਰ ਤਿਆਰ ਹੋਏ ਚਾਰੇ ਗੱਭਰੂ ਤਿਆਰ ਬਰ
ਪੁੱਤਰ ਤਿਆਰ ਬਾ ਦਿੰਦਾ ਪਰਜੀਆਂ ਵਾਲਾ ਮੇਰੀ ਵੀਰੋ ਮੱਥਾ ਨਹੀਂ ਹੱਥ ਆਉਂਦਾ ਮੱਥਾ ਟਕਾ ਗਿਆ ਕਿ ਛੋਟੇ ਵੀਰ ਦਾ ਭਤੀਜਾ ਮੇਰਾ ਨਹੀਂ ਭੂਆ ਕਹਿ ਕੇ ਮੱਥਾ ਟੇਕਦਾ ਦਿੰਦਾ ਪਰਜੀਆਂ ਵਾਲਾ ਸ਼ਾਹਕੋਟ ਦਾ ਏਰੀਆ ਮੇਰੇ ਵੀਰੋ ਜਲਾਲਪੁਰ ਪਿੰਡ ਵੀ ਉੱਧਰ ਜਾਂ ਫਿਰ ਕਹਿੰਦੇ ਅਨੇਕਾਂ ਸਟਾਰਾਂ ਦਾ ਪਿੰਡ ਅਮਰ ਪੱਤਰਾਂ ਵਾਲਿਆ ਪਤਾ ਲੱਗ ਜੇ ਜੋਧਿਆ ਅਮਰ ਪੱਤਰਾਂ ਵਾਲਾ ਅਮਰ 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 ਅਮਨ ਅਮਨ ਨਮਾਣਾ ਕੀ ਜਾਣੇ ਦੁੱਖ ਸੱਜ ਵਿਆਹੀ ਦਾ ਰਹੇ ਬਿਸਤਰਾ ਗੋਲ ਨੀ ਮਾਂ ਪਰਦੇਸੀ ਮਾਹੀ ਦਾ ਉਹ ਸਾਹਮਣੇ ਪਾਸੇ ਪੰਡਿਤ ਕਬੱਡੀ ਪਾ ਰਿਹਾ ਮੇਰੇ ਪੰਜਾਬੀ ਵੀਰਿਓ ਇੱਕ ਕੰਨੀ ਤੇ ਸਿੱਪੀ ਗੱਲ ਦੇ ਵਿੱਚ ਕਾਲੇ ਰੰਗ ਦੀ ਕਾਨੀ ਆ ਮੂਹਰਲੇ ਪਾਸੇ ਹੋ ਕੇ ਖੁੱਚ ਪੱਟਣ ਦਾ ਯਤਨ ਕੀਤਾ ਪਰ ਪੁਆਇੰਟ ਰੇਡਰ ਦੇ ਖਾਤੇ ਸੰਤ ਬਾਬਾ ਹਰਨਾਮ ਦਾਸ ਜੀ ਕਬੱਡੀ ਕਲੱਬ ਸੁਰਖਪੁਰ ਦੀ ਟੀਮ ਦੇ ਖਾਤੇ ਜੁੜ ਚੁੱਕੇ ਹੈ ਲੈ ਵੀ ਬੱਬੂ ਨਵਤੇਜ ਕਿੰਨਾ ਕਿੰਨਾ ਸਮਾਂ ਇਸ ਮੈਚ ਦਾ 20 ਤੋਂ 20 40 ਮਿੰਟਾਂ ਦਾ ਮੈਚ ਹੈ 2 ਮਿੰਟ ਦੀ ਰਿਸ਼ਤਾ ਹੈ ਕਬੱਡੀ ਬੱਬਾ ਬ੍ਰਹਮਵਾਲ ਫਿੱਟੂ ਦਾ ਏਰੀਆ ਲੈ ਵੀ ਬੱਬਾ ਬ੍ਰਹਮਵਾਲ ਦਾ ਰੇਡ ਪਾਉਂਦਾ ਤੇ ਦੂਜੇ ਪਾਸੇ ਆਰ ਕਹਿੰਦੇ ਕਿ ਜੋਧਾ ਨੌਜਵਾਨ ਲੱਖਾਂ ਵਰਗਾ ਜਫਾ ਲਾਉਂਦਾ ਹੋਇਆ ਸੁਰਖਪੁਰੀ ਹੈ ਜੋਧਾ ਲਾਪੀ ਸਿਵ ਯੋਧਿਆਂ ਵਾਲਿਆ ਕਰੀ ਗੱਲ ਇਸ ਨੌ ਜਵਾਨ ਗੱਭਰੂ ਦੀ ਖੇਡ ਮਤਾਰ ਦੇ ਵਿੱਚ ਉੱਥੇ ਸਾਡਾ ਇਸ ਕਬੱਡੀ ਤੋਂ ਬਾਅਦ ਆਪਾਂ ਮਲਕੀਤ ਕਰਦੇ ਗੱਲ ਜੋਤੇ ਦੀ ਕੌਡੀ ਤੇ ਇੱਕ ਕੰਨੀ ਤੇ ਸਿੱਪੀ ਇਹ ਆ ਨੌਜਵਾਨ ਮੇਜਰ ਸਰਦਾਰ ਮੇਹਰ ਸਿੰਘ ਦਾ ਪੁੱਤ ਮੇਰੇ ਵੀਰਿਓ ਲਾ ਤਗੜਾ ਜਫਾ ਇੱਕ ਅੰਕ ਦਾ ਵਾਧਾ ਆਪਣੀ ਟੀਮ ਦੇ ਲਈ ਕਰ ਚੁੱਕਿਆ ਤੇ ਜਿਸ ਜ਼ਮੀਨ ਦੇ ਵਿੱਚ ਜਿਸ ਗਰਾਊਂਡ ਵਿੱਚ ਮੈਚ ਹੋ ਰਹੇ ਨੇ ਗੋਪੀ ਅਕਾਲੀਆ ਵਿਸ਼ਨ ਸਿੰਘ ਦਾ ਮੇਰੇ ਵੀਰਿਓ ਪੁੱਤਰ ਉਹਨੂੰ ਬੇਨਤੀ ਹੈ ਕਿ ਤੁਹਾਡਾ ਮਾਣ ਸਨਮਾਨ ਕੀਤਾ ਜਾਵੇਗਾ ਸਟੇਜ ਦੇ ਲਾਗੇ ਪੁੱਜਣ ਬੱਚੀ ਇੱਪਣ ਵਾਲਾ ਕਬੱਡੀ ਪਾ ਰਿਹਾ ਗੋਪੀ ਸਾਡਾ ਵੀਰ ਆਵਾਜ਼ ਸੁਣਦਾ ਹੈ ਅਕਾਲੀਆ ਤੇ ਆਪਣਾ ਮਾਣ ਸਨਮਾਨ ਹਾਸਲ ਕਰੇ ਗੋਪੀ ਇੱਪਣ ਮੇਰੇ ਵੀਰੋ ਬੱਚੀ ਇੱਪਣ ਕਬੱਡੀ ਪਾ ਰਿਹਾ ਚਾਰ ਜਾਫੀ ਇੱਕ ਕੰਨੀ ਤੋਂ ਡਾਊਨ ਸੁਰਖਪੁਰ ਵਾਲੇ ਨੇ ਟਰਾਈ ਕੀਤੀ ਹੈ ਆਓ ਸਾਹਮਣੇ ਰੇਡ ਪਈਆ ਸੁੱਚਾ ਨੌਜਵਾਨ ਇਸ ਵੇਲੇ ਧਰਮੀਪੁਰ ਵਾਲੇ ਨੇ ਪੜਤੇ ਥਾਪੀ ਮਾਰੀ ਹੈ ਚਾਰੇ ਗੱਭਰੂ ਚੋਟੀ ਦੀ ਹੈ ਕੌਣ ਜਾਫੀ ਜਫਾ ਲਾਵੇਗਾ ਕਿ ਗੱਲ ਕਰਾਂ ਪੰਜਾਬੀ ਕਾਕਿਆਂ ਦੀ ਹੁਣ ਪੱਠੇ ਨਾਨਾ ਤੋਂ ਜਾਣ ਵੱਡੇ ਸੜਕਾਂ ਉੱਤੇ ਗੇੜੀਆਂ ਦੇ ਕੇ ਮੋਟਰਸਾਈਕਲਾਂ ਦੇ ਧੂਵੇਂ ਕੱਢ ਛੱਡੇ ਦੋ ਕੰਮ ਨੇ ਸਿਰਫ ਵੇਲਿਆਂ ਨੂੰ ਆਸ ਕੀ ਕਰ ਛੱਡੀ ਚਿੱਟੇ ਚ ਰਹਿਣ ਗੱਡੇ ਰਹਿੰਦੇ ਪੁੱਤ ਪੰਜਾਬ ਦੇ ਚਹਾਣ ਯਾਰਾ ਫੇਸਬੁੱਕ ਨੇ ਸਦਾਈ ਕਰ ਛੱਡੇ ਅੱਜ ਤਾਂ 365.com ਲਿੰਕ ਤੇ ਚੱਲਦਾ ਕਿ ਸਿੱਪੀ ਦਾ ਜਫਾ ਹੈ ਸਿੱਪੀ ਖੀਰਾਂ ਬਾਲਦਾ ਮੇਰੇ ਵੀਰੋ ਬੜਾ ਪ੍ਰਸਿੱਧ ਜਾਫੀ ਹੈ 7 ਨੰਬਰ ਵਿੱਚ ਇਕੱਠਾ ਕਰਕੇ ਰੱਖ ਦਿੱਤਾ ਸੁੱਚਾ ਵੀ ਇੰਟਰਨੈਸ਼ਨਲ ਲੈਵਲ ਦਾ ਖਿਡਾਰੀ ਹੈ ਕਦੇ ਨੌਜਵਾਨ ਨਾਰਵੇ ਦੀ ਟੀਮ ਦੇ ਲਈ ਕਦੇ ਅੱਜ ਕਹਿੰਦੇ ਸੰਤ ਬਾਬਾ ਹਰਨਾਮ ਦਾਸ ਕਬੱਡੀ ਕਲੱਬ ਸੁਰਖਪੁਰ ਦੇ ਲਈ ਕੌਡੀ ਪਾ ਰਿਹਾ ਤੇ ਇਹ ਆ ਟਾਂਡੇ ਪਿੰਡ ਵਾਲਾ ਜੋਧਾ ਪਹਿਲਾਂ ਵਿੱਚ ਘਿਰੀ ਦੇ ਜਾ ਕੇ ਘੁੰਮਿਆ ਫਿਰ ਕਹਿੰਦੇ ਮੁਕਾਬਲਾ ਕੀਤਾ ਨੌਜਵਾਨ ਨੇ ਜੋਧੇ ਨਾਲ ਜੋਧੇ ਦਾ ਜੋਧੇ ਨਾਲ ਜੋਧੇ ਨਾਲ ਜੋਧੇ ਨਾਲ ਮੁਕਾਬਲਾ ਹਰਨਾਮ ਹੀ ਹੈ ਵਾਹ ਡਿੱਗਦੀ ਡੈਂਦੀ ਉੱਠਦੀ ਬਹਿੰਦੀ ਮੈਂ ਹਾਂ ਤੇਰੀ ਹੂਰ ਨਾ ਮਾਰ ਜਾਲਮਾ ਵੇ ਪੇਕੇ ਤੱਤੜੀ ਦੇ ਦੂਰ ਆਵਾ ਤਿੰਦਾ ਨੌਜਵਾਨ ਲਾਲ ਸੁਹਾ ਗੱਭਰੂ ਦਾ ਰੰਗ ਏ ਜਿਵੇਂ ਮੱਖਣ ਧਾਰੀਵਾਲ ਵਾਲੇ ਦਾ ਰੰਗ ਹੋਵੇ ਕਿ ਤੇਰਾ ਰੂਪ ਸੰਧੂਰੀ ਅੰਬ ਵਰਗਾ ਟਿਪ ਟਿਪ ਕਰਕੇ ਸੋ ਜੂਗਾ ਕਿ ਤੇਰਾ ਰੂਪ ਸੰਧੂਰੀ ਅੰਬ ਵਰਗਾ ਬਿੱਲੇ ਭਾਜੀ ਬਹੁਤ ਵਧੀਆ ਰੈਫਰੀ ਕੀਤੀ ਆ ਤੁਸੀਂ ਆ ਸਾਰੇ ਰੈਫਰੀਆਂ ਦਾ ਧੰਨਵਾਦ ਗੋਗੀ ਤੇ ਨਾਲ ਸਾਡੇ ਵੀਰ ਬਹਾਦਰ ਜੀ ਜੀਤੇ ਭਾਜੀ ਉਹਨਾਂ ਦਾ ਕਿਉਂਕਿ ਤਾਰੀ ਬਹੁਤ ਵਧੀਆ ਖਿਡਾਰੀ ਆ ਟੱਚ ਲੱਗਿਆ ਤੇ ਮੰਨਿਆ ਕਿ ਮੈਂ ਟੱਚ ਮੰਨ ਗਿਆ ਪਾਣੀ ਇਸ ਗਰਾਊਂਡ ਦੇ ਵਿੱਚ ਪੁੱਜਦਾ ਕੀਤਾ ਜਾਵੇ ਸਰਵਣ ਜੇ ਤਾਂ ਪੁਆਇੰਟ ਲੈ ਕੇ ਉਹਨਾਂ ਦੇ 200 ਰੁਪਇਆ ਅਮਨ ਉਮਰਾ ਨੰਗਲ ਵੱਲੋਂ ਦਿੱਤਾ ਜਾਣਾ ਹੈ ਲਓ ਪੁਆਇੰਟ ਜਾਫੀ ਦਾ ਅਮਨ ਉਮਰਾ ਨੰਗਲ ਵੱਲੋਂ ਦਿੱਤਾ ਜਾਣਾ ਪਰ ਅਮਨ ਪੱਤਰਾਂ ਵਾਲੇ ਨੇ ਚੱਕ ਕੇ ਬਾਹਰ ਮਾਰਿਆ ਜਿਵੇਂ ਪਾਠ ਵਾਲੇ ਘਰੋਂ ਸ਼ਰਾਬੀ ਬਾਹਰ ਕੱਢ ਕੇ ਮਾਰੀਦਾ ਨਾ ਉਹ ਤੇਰਾ ਇੱਥੇ ਕੀ ਕੰਮ ਲਓ ਪੰਡਿਤ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਕਿਹੜਾ ਨੌਜਵਾਨ ਪੰਡਿਤ ਨੂੰ ਡੱਕੂ ਇੱਕ ਕਨੀ ਤੇ ਗੁੱਜਰ ਸਾਡਾ ਵੀਰ ਗੋਪੀ ਕਾਲੀਆ ਸਟੇਜ ਦੇ ਉੱਪਰ ਆ ਜਾਵੇ ਗੋਪੀ ਕਾਲੀਆ ਸਾਹਮਣੇ ਪੰਡਤਾਂ ਦਾ ਮੁੰਡਾ ਰੇਡ ਪਾਉਂਦਾ ਕਹਿੰਦਾ ਸਤਗੁਰ ਮਿਹਰ ਕਰ ਸਿਰ ਉੱਤੇ ਹੱਥ ਧੜ ਹਰ ਵੇਲੇ ਲੈ ਕੇ ਆਵੀਂ ਸੁੱਖਾਂ ਦੀ ਬਰਸਾਤ ਨਾਮ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਕਿ ਨਾਮ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਸਰਵਣ ਭਾਵੇਂ ਤੈਨੂੰ ਜੱਫਾ ਲੱਗ ਗਿਆ ਪਰ 200 ਸਾਡੇ ਅਮਨ ਉਮਰਾ ਨੰਗਲ ਨੇ ਤੇਰੇ ਲਈ ਕਲਾ ਦਿੱਤਾ ਹੁਣ ਬੱਬੂ ਖੇਡ ਮੈਦਾਨ ਵੇਲੇ ਵੀ ਗਗਨ ਤੇਰੀ ਸਪੌਂਸਰ ਕੀਤੀ ਟੀਮ ਹੈ ਹੁਣ ਕਬੱਡੀ ਬੱਬੂ ਪਾਉਣ ਦੇ ਵਾਸਤੇ ਵੱਧ ਚੁੱਕਿਆ ਕਿ ਸੌਂਜਾ ਬੱਬੂ ਆਵੇ ਮਾਣੋ ਬਿੱਲੀ ਆਈ ਆ ਇਹ ਸੌਂਜਾ ਬੱਬੂ ਆ ਜਫਾ ਜੋਧੇ ਔਜਲੇ ਦਾ ਹੈ ਲਾਪੀ ਜੋਧੇ ਨੇ ਫਿਰ ਜਫਾ ਲਾਇਆ ਖੇਡ ਮੈਦਾਨ ਦੇ ਵਿੱਚ ਤੁੰਨ ਕੇ ਜਫਾ ਲੱਗਦਾ ਹੋਇਆ ਸਾਹਮਣੇ ਜਿਹੜਾ ਨੌਜਵਾਨ ਰੇਡ ਪਾਉਂਦਾ ਹੈ
ਇਹ ਨੌਜਵਾਨ ਮੇਰੇ ਵੀਰੋ ਜੁੱਤਾ ਪੱਤੇ ਥਾਪੀ ਮਾਰ ਅੱਗੇ ਨੂੰ ਵੱਧਦਾ ਹੋਇਆ ਚਾਰੇ ਗੱਭਰੂ ਚੋਟੀ ਰਿਹਾ ਚਾਰੇ ਗੱਭਰੂ ਚੋਟੀ ਰਿਹਾ ਉਧਰ ਸਾਡੇ ਵੀਰ ਬੱਬੇ ਬੱਬਲ ਹੁਣੇ ਬੱਬੂ ਹੁਣੇ ਵੀ ਅੱਜ ਨੇ ਯਾਦ ਤੱਕਦੇ ਹੋਏ ਕਿ ਵੱਡੇ ਮਾਰ ਜਿਹੜੇ ਆ ਕਬੱਡੀ ਨੂੰ ਦਿੱਤੇ ਜਾ ਰਹੇ ਨੇ ਵੱਡੇ ਪਿਆਰ ਜਿਹੜੇ ਹੈ ਕਬੱਡੀ ਨੂੰ ਦਿੱਤੇ ਜਾ ਰਹੇ ਨੇ ਸਾਰੀ ਮੇਲਾ ਪ੍ਰਬੰਧਕ ਕਮੇਟੀ ਦਾ ਸੀ ਫਿਰ ਇੱਕ ਵਾਰੀ ਧੰਨਵਾਦ ਕਰਾਂਗੇ ਵੱਡੇ ਪਿਆਰ ਬਾ ਲਓ ਸਾਹਮਣੇ ਪਾਸੇ ਬੱਚੀ ਹਲਕਾ ਜਿਹਾ ਟੱਚ ਲਾ ਕੇ ਭਾਜੀ ਬੇਨਤੀ ਹੈ ਬੱਬੂ ਵਿਦੇਸ਼ਾਂ ਤੱਕ ਦੇ 300 ਬੈਂਡ ਵਾਲੇ ਕਹਿੰਦੇ ਪਰਲੀ ਸਾਈਡ ਚੱਲ ਜਾਓ ਕਿਉਂਕਿ ਤੁਸੀਂ ਜਵਾਨ ਬੜੇ ਹੋ ਕੈਮਰਾ ਕੀ ਕਰੇ ਵਾਹ ਕਬੱਡੀ ਕਬੱਡੀ ਹੋਈ ਪਈ ਹੈ ਖੇਡ ਮੈਦਾਨ ਦੇ ਵਿੱਚ ਬਾਹਰ ਨਹੀਂ ਰੀਸਾਂ ਸੁੱਚੇ ਧਰਮੀ ਪੁਰਦੀਆਂ ਇੱਕ ਪਾਸੇ ਪੁੱਟੀਆਂ ਖੁੱਚ ਪਰ ਨਹੀਂ ਰੀਸਾਂ ਨੌਜਵਾਨ ਦੀਆਂ ਕਿਸੇ ਦੇ ਦੌਲੇ ਤੇ ਬਾਜ ਘੂਰੀਆਂ ਵੜਦਾ ਹੈ ਗੋਪੀ ਕਾਲੀਆ ਅਕਾਲੀਆ ਗੋਪੀ ਅਕਾਲੀਆ ਆਪਣਾ ਮਾਣ ਸਮਾਨ ਹਾਸਲ ਕਰੇ ਜਿਹੜੀ ਜ਼ਮੀਨ ਦੇ ਵਿੱਚ ਮੈਚ ਹੈ ਲਓ ਜੋਧਾ ਕਬੱਡੀ ਪਾ ਰਿਹਾ ਟਾਂਡੇ ਵਾਲਾ ਮੇਰੇ ਪੰਜਾਬੀ ਵੀਰਿਓ ਟਾਂਡਾ ਕਬੱਡੀ ਪਾ ਰਿਹਾ ਜੋਧਾ ਪੱਟਾਂ ਨਾਲ ਪੱਟ ਖੈਂਦੇ ਆ ਮਾਂ ਦੇ ਪੁੱਤ ਨੇ ਕਬੱਡੀ ਪੱਗ ਜੋਧੇ ਦਾ 1.5 ਕੁਇੰਟਲ ਵਜਨ ਹੋਵੇਗਾ ਮੇਰੇ ਵੀਰਿਓ ਯਾ ਜੋਧਾ ਮਾਰੋ ਤਾੜੀਆਂ ਇੱਕ ਵਾਰੀ ਜੋਧੇ ਦੇ ਲਈ ਮੇਰੇ ਵੀਰਿਓ ਮਾਪਿਆਂ ਨੇ ਪੁੱਤ ਪਾਲਿਆ ਪੁੱਤ ਪੁੱਤ ਪਾਲਣੇ ਲੋਕੋ ਬੜੇ ਔਖੇ ਗੱਲੀ ਬਾਤੀ ਤਾਂ ਗੱਲਾਂ ਲੋਕ ਕਰ ਛੱਡਦੇ ਪਰ ਖਿਡਾਰੀ ਬਣਾ ਦਿਖਾਲਣੇ ਲੋਕੋ ਬੜੇ ਔਖੇ ਤਿੰਦਾ ਟਲਮਾ ਵਾਲਾ ਕਬੱਡੀ ਪਾਉਣ ਦੇ ਵਾਸਤੇ ਇੱਕ ਤਾਂ ਤਿੰਦਾ ਇਹ ਆ ਪਰ ਕਬੱਡੀ ਦਾ ਮਹਾਨ ਖਿਡਾਰੀ ਪਰਜੀਆਂ ਵਾਲਾ ਤਿੰਦਾ ਮੇਰੇ ਵੀਰੋ ਸ਼ਾਹਕੋਟ ਦਾ ਏਰੀਆ ਹੈ ਕਬੱਡੀ ਦਾ ਮਹਾਨ ਖਿਡਾਰੀ ਹਲਕਾ ਜਿਹਾ ਮੁਕਾਬਲਾ ਕਰਕੇ ਆਪਣੀ ਟੀਮ ਦੇ ਲਈ ਸੰਤ ਬਾਬਾ ਹਰਨਾਮ ਦਾਸ ਜੀ ਕਬੱਡੀ ਕਲੱਬ ਸੁਰਖਪੁਰ ਬਾਬਾ ਬੁੱਲਣ ਸ਼ਾਹ ਕਬੱਡੀ ਕਲੱਬ ਹਸਨ ਜੇਕਰ ਕਬੱਡੀ ਦਾ ਨਜ਼ਾਰਾ ਆ ਰਿਹਾ ਤੇ ਇੱਕ ਵਾਰੀ ਤਾੜੀਆਂ ਮਾਰ ਕੇ ਦੱਸੋ ਮੇਰੇ ਵੀਰ ਦਰਸ਼ਕ ਵੀਰ ਤਾੜੀਆਂ ਮਾਰ ਕੇ ਸਵਾਗਤ ਕਰਦੇ ਹੋਏ ਕਬੱਡੀ ਸਰਵਣ ਕੌਡੀ ਪਾ ਰਿਹਾ ਤੇ ਜੋਧਾ ਮੰਨਿਆ ਪਰਮੰਨਿਆ ਚੀਨ ਦੀ ਕੰਧ ਆਖਦੇ ਮੁੰਡੇ ਨੂੰ ਚੀਨ ਦੀ ਕੰਧ ਦੁਨੀਆ ਦੀ ਸਭ ਤੋਂ ਉਹ ਵੱਡੀ ਕੰਧ ਹੈ ਪਰ ਸਰਵਣ ਸਰਵਣ ਛਾਪਿਆਂ ਵਾਲ ਮੁਕਾਬਲਾ ਕਰਕੇ ਇੱਕ ਅੰਕ ਦਾ ਵਾਧਾ ਰਾਇਲ ਕਿੰਗ ਯੂਐਸਏ ਲਾਲੀ ਦੀ ਟੀਮ ਛਾਪਿਆਂ ਵਾਲ ਦੀ ਟੀਮ ਲਓ ਜੀ ਸਾਡਾ ਵੀਰ ਗਗਨ ਬਾਬਾ ਬਕਾਲਾ ਸਾਹਿਬ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਹਿੰਦਾ 200 ਰੁਪਈਆ ਫਿਰ ਲਾ ਦਿਓ ਔਰ ਇਸ ਵੇਲੇ ਤਿੰਦੇ ਦੀਆਂ ਦੋ ਰੇਡਾਂ ਦੇ ਉੱਤੇ ਮੇਰੇ ਵੀਰਿਓ ਔਰ ਤਿੰਨ ਰੇਡਾਂ ਦੇ ਉੱਪਰ ਮਾਣ ਹੈ ਖੇਡ ਮੈਦਾਨਾਂ ਦੇ ਵਿੱਚ ਕਿ ਵੱਡੇ ਪਿਆਰ ਜਿਹੜੇ ਹੈ ਔਰ ਫਿਰ ਤਿੰਨ ਰੇਡਾਂ ਤੇ 200 ਰੁਪਈਆ ਹੋਵੇਗਾ ਨੰਦ ਕਹਿੰਦਾ ਛੱਪੇ ਨੂੰ ਮੈਂ 100 ਰੁਪਈਆ ਦੂੰ ਜੇ ਕਬੱਡੀ ਪਾ ਕੇ ਪੁਆਇੰਟ ਲੈ ਕੇ ਆਵੇ ਨੰਦ ਸਾਡਾ ਸਿਵਾਦਾਰ ਤੇ ਬੱਬੂ ਕਬੱਡੀ ਪਾਉਣ ਦੇ ਵਾਸਤੇ ਬੱਬੂ ਇੱਕ ਤਾਂ ਸਾਡਾ ਨਵਤੇਜ ਇੱਕ ਸਾਡੇ ਵੀਰ ਦਿਲਬਾਗ ਸਿੰਘ ਜੀ ਉਹ ਆਏ ਨੇ ਸਾਡੇ ਵੀਰ ਧਿਆਨਪੁਰ ਵਾਲੇ ਪਰ ਇੱਧਰ ਅਮਨ ਪੱਤੜ ਕੀਲ ਕੇ ਪਟਾਰੀ ਵਿੱਚ ਪਾਉਂਦਾ ਹੋਇਆ ਮਾਰੋ ਤਾੜੀਆਂ ਦਰਸ਼ਕ ਵੀਰਿਓ ਪੁਆਇੰਟ ਇਸ ਵੇਲੇ ਯਾਫੀ ਦੇ ਹਿੱਸੇ ਅਮਨ ਆਪਣੀ ਟੀਮ ਦੇ ਲਈ ਇੱਕ ਅੰਕ ਦਾ ਹੋਰ ਵਾਧਾ ਕਰਦਾ ਹੋਇਆ ਜੋਤਾ ਸਰਦਾਰ ਪਰਮਜੀਤ ਦਾ ਲੱਗਦੇ ਜਿਗਰ ਘਰ ਦਾ ਸ਼ਿੰਗਾਰ ਮਹਿਮਦਵਾਲ ਦੀ ਧਰਤੀ ਦੇ ਜਨਮ ਲਿਆ ਸਮਾਨ ਦੇ ਸ਼ੇਰ ਪੁੱਤ ਨੇ ਜੋਤਾ ਕਬੱਡੀ ਪਾ ਰਿਹਾ ਇੱਕ ਪਾਸੇ ਸਿੱਪੀ ਘੂਰੀਆਂ ਬਣਦਾ ਤਾਰੀ ਮਲੂਕ ਮੇਜਰ ਚਾਰ ਜਾਫੀ ਇੱਕ ਦੋ ਤਿੰਨ ਅਸੀਂ ਚਾਰ ਭਰਾ ਚੰਗਾ ਜਿਹੜਾ ਲੱਗਦਾ ਸਿੱਪੀ ਦੇ ਨਾਲ ਹੀ ਵੇਖਾਂਗਾ ਮਲੂਕੇ ਪਰ ਉਧਰ ਸਾਹਮਣੇ ਵੇਖਾਂਗਾ ਸਿੱਪੀ ਦੇ ਨਾਲ ਹੋਈ ਆ ਟੱਕਰ ਪਰ ਪੈਡ ਜਾਫੀ ਦੇ ਹਿੱਸੇ ਜੁੜਦਾ ਹੋਇਆ ਵੱਡਾ ਰਾਜਾ ਭੰਡਾਲ ਦੋਨੇ ਵਾਲਿਆ ਹੱਥ ਖੜਾ ਕਰੀ ਰਾਜੇ ਵੱਡਾ ਭੰਡਾਲ ਨੌਜਵਾਨਾਂ ਕਬੱਡੀ ਦੇ ਇੱਕ ਪੁਆ ਛੋਟਾ ਭੰਡਾਲ ਵੀ ਮੇਲੇ ਲੁੱਟਦਾ ਹੈ ਹੁਣ ਬੱਚੀ ਕਹਿੰਦੇ ਗੁੱਜਰ ਪਰਿਵਾਰ ਦਾ ਇੱਥੇ ਜਾਤਾਂ ਪਾਤਾਂ ਨਹੀਂ ਆਪਾਂ ਗਿਣਨੀਆਂ ਇੱਥੇ ਰੰਗ ਰੂਪ ਨਹੀਂ ਦੇਖਿਆ ਜਾਂਦਾ ਇੱਥੇ ਜ਼ੋਰ ਤਕਨੀਕ ਦੇਖੀ ਜਾਂਦੀ ਹੈ ਮਾਂ ਦੇ ਸ਼ੇਰ ਪੁੱਤ ਨੇ ਗਾਲੇ ਰੰਗ ਦਾ ਧਾਗਾ ਡੌਲੇ ਤੇ ਧੌਣ ਤੇ ਪਰ ਦੂਜੇ ਪਾਸੇ ਗੁਲਾਬਾ ਇਹ ਗੁਰਦਾਸਪੁਰੀਆ ਸੁਰਖਪੁਰ ਵੱਲੋਂ ਚੱਫੇ ਲਾਉਣ ਦੀ ਟਰਾਈ ਕਰਦਾ ਹੈ ਪਰ ਜਲੰਧਰ ਇੱਪਣ ਪਿੰਡ ਦਾ ਬੱਚੀ ਜਲੰਧਰ ਅੱਜ ਸੱਜਣਾ ਦੀ ਆਈ ਆ ਸਾਨੂੰ ਕਾਲ ਜਲੰਧਰ ਤੋਂ ਮੁੱਦਤ ਪਿੱਛੋਂ ਪੁੱਛਿਆ ਏ ਉਹਨਾਂ ਹਾਲ ਜਲੰਧਰ ਤੋਂ ਸਾਡਾ ਵੀਰ ਮੰਨਾ ਡੇਰੀ ਵਾਲਾ ਪਿੰਡ ਸਠਿਆਲੇ ਦਾ ਉਹ ਜਿੱਥੇ ਵੀ ਸਾਡੀ ਆਵਾਜ਼ ਨੂੰ ਸੁਣਦਾ ਸਟੇਜ ਦੇ ਉੱਪਰ ਆ ਜਾਵੇ ਇਸ ਜੇਤੂ ਟੀਮ ਨੂੰ ਅਮਰੀਕ ਸਿੰਘ ਜੀ ਬਦਾਦਪੁਰ ਵਾਲਿਆਂ ਵੱਲੋਂ 500 ਬੋਲ ਦਿੱਤਾ ਗਿਆ ਜਿਹੜੀ ਜੇਤੂ ਰਹੂ ਮਨੀਸ਼ ਕੁਮਾਰ ਭੱਠਾ ਮਾਲਕ ਵਾਲਿਓ ਸੋਚੋ ਬਹੁਤ ਮਾਣ ਸਮਾਨ ਕਰਦੇ ਆ ਪਰਮਾਤਮਾ ਦੀ ਬੜੀ ਕਿਰਪਾ ਹੈ ਕਿਉਂਕਿ ਖਿਡਾਰੀਆਂ ਦੇ ਮਾਣ ਸਮਾਨ ਚੰਗੀ ਥਾਂ ਹੀ ਲੱਗਦੇ ਆ ਉਧਰ ਸਾਡੇ ਨਵਤੇਜ ਬੱਬੂ ਖਰਾਕਾਂ ਬਹੁਤ ਮਹਿੰਗੀਆਂ ਹੋ ਚੁੱਕੀਆਂ ਨੇ ਵੱਡੇ ਮਾਣ ਦੇ ਰਹੇ ਆ ਕਬੱਡੀ ਨੂੰ ਕਬੱਡੀ 365.com ਦੇ ਜ਼ਰੀਏ ਜਿਹੜਾ ਇੰਟਰਨੈਟ ਦੇ ਦੁਨੀਆ ਭਰ ਦੇ ਵਿੱਚ ਦਿਖਾਇਆ ਗਿਆ ਹੈ ਕਿ ਹਰ ਸਾਲ ਇੱਥੇ 365 ਵਾਲੇ ਮੇਰੇ ਵੀਰ ਹਾਜ਼ਰੀਆਂ ਭਰਦਗੇ ਕਬੱਡੀ ਮਾਣ ਹੈ ਪੰਜਾਬ ਦਾ ਕਬੱਡੀ ਪਿਆਰ ਹੈ ਜੋਧਾ ਕਬੱਡੀ ਪਾ ਰਿਹਾ ਲੈ ਵੀ ਜੋਧਿਆ
ਹੁਣ ਜੋਧੇ ਨੂੰ ਢਾ ਕੇ ਦਿਖਾ ਤੇ ਸਵਾਦ ਤਾਂ ਆਵੇ, ਪਰ ਜੋਧੇ ਨੇ ਕਹਿੰਦੇ ਵਿਚਕਾਰ ਟੱਚ ਮਾਰਿਆ ਅਮਨ ਨੂੰ ਮੇਰੇ ਵੀਰਿਓ, ਹਲਕਾ ਜਿਹਾ ਟੱਚ ਮਾਰ ਕੇ ਇੱਕ ਅੰਕ ਦਾ ਵਾਧਾ ਰੋਇਲ ਕਿੰਗ ਯੂਐਸ ਅੱਧੇ ਸਮਾਂ ਯੂਐਸਏ ਦੀ ਟੀਮ ਜਿਹੜੀ ਹੈ ਤੇ ਦੂਜੇ ਪਾਸੇ ਸੰਤ ਬਾਬਾ ਹਰਨਾਮ ਦਾਸ ਕਬੱਡੀ ਕਲੱਬ। ਲੈ ਵੀ ਦੱਸੀ ਜੀਤੇ ਦੇ ਬਾਬਾ ਬੁੱਲਣ ਸ਼ਾਹ ਕਲੱਬ ਸੱਦੀ ਹੈ ਤੇ ਭਾਜੀ ਮੈਂ ਬੋਲਣਾ ਕਿਉਂਕਿ ਉਹ ਟੀਮ ਕੱਪਾਂ ਤੇ ਖੇਡਦੀ ਹੈ। ਬਾਬਾ ਬੁੱਲਣ ਸ਼ਾਹ ਕਬੱਡੀ ਕਲੱਬ ਜਿਹੜੀ ਸੁਰਖਪੁਰ ਦੀ ਟੀਮ ਹੈ ਉਹਦੇ ਪੁਆਇੰਟ ਨੇ 21.5 ਤੇ ਦੂਜੇ ਪਾਸੇ ਰੋਇਲ ਕਿੰਗ ਯੂਐਸਏ ਛਾਪਿਆਂਵਾਲ ਦੇ ਪੁਆਇੰਟ ਨੇ 23, 21.5 ਤੇ 23। ਮਾਰੋ ਤਾੜੀਆਂ ਜ਼ੋਰਦਾਰ ਮੇਰੇ ਵੀਰਿਓ, ਵਾਹ ਰੋਇਲ ਕਿੰਗ ਯੂਐਸਏ ਛਾਪਿਆਂਵਾਲੀ ਦੀ ਟੀਮ ਜਿਹੜੀ ਹੈ, ਬੜਾ ਜ਼ਬਰਦਸਤ ਮੈਚ ਵਾ। ਬਾਬਾ ਬੁੱਲਣ ਸ਼ਾਹ ਕਬੱਡੀ ਕਲੱਬ ਸੁਰਖਪੁਰ ਦੀ ਟੀਮ ਇੱਕ ਪਾਸੇ ਹੈ, ਜਿਸ ਟੀਮ ਨੂੰ ਪੰਡਤ ਦੇ ਸੁਰਖਪੁਰੀ ਅਦੁੱਲਾ ਹਲਕੀ ਹਲਕੀ ਕੋਚਿੰਗ ਵੀ ਦੇ ਰਹੇ ਨੇ। ਸਿਰੇ ਦਾ ਮੈਚ ਦੋਨਾਂ ਟੀਮਾਂ ਦੇ ਦਰਮਿਆਨ ਖੇਡ ਮੈਦਾਨ ਦੇ ਵਿੱਚ ਚੱਲਦਾ ਹੋਇਆ। ਅੱਧਾ ਸਮਾਂ ਤੇ ਸਾਡਾ ਚੇਂਜ ਹੋ ਚੁੱਕੀਆਂ ਨੇ। ਲੈ ਵੀ ਤਾਰੀ ਸਿਆਂ ਕਰ ਯਤਨ, ਕੁਝ ਵੀ ਹੋ ਸਕਦਾ। ਤੇ ਦੂਜੇ ਪਾਸੇ ਯੋਧਿਆ, ਅੱਜ ਦੁਨੀਆ ਤੇਰੀ ਫੈਨ ਆ, ਕਰ ਆ ਸਰੀਰ ਆ ਜੀਦਾਰੀ ਨਾਲ ਖੇਡਦੇ ਅਮਨ ਪੱਤਣ ਤੇ ਨਾਲ ਤਾਰੀ ਨਾਲ ਮੇਰੇ ਵੀਰਿਓ ਪੂਰੀ ਤਿਆਰੀ ਵਿੱਚ ਡਾਉਣ ਤੇ ਗੁਲਾਬਾ ਲਕਸ਼ਰੀ ਨੰਗਲ ਵਾਲਾ ਕਿ ਕਹਿੰਦੇ ਦੱਸੀਏ ਡਾਕਟਰ ਨੂੰ ਸੱਚਾਈ, ਮਾੜੀ ਅੱਗ ਕਿਸੇ ਘਰ ਲਾਈ, ਬਰਕਤ ਰਹਿੰਦੀ ਜੇ ਇਕੱਠੇ ਰਣ ਪਾਈ, ਤਗੜੇ ਰਿਸ਼ਤੇਦਾਰ ਤੇ ਮਾੜੇ ਨੂੰ ਕਦੋਂ ਬੁਲਾਉਂਦੇ ਆ, ਬੁੜਾ ਤਰਸਦਾ ਮਰ ਗਿਆ ਪਾਣੀ ਨੂੰ ਤੇ ਮਰੇ ਦੇ ਭੋਗ ਤੇ ਜਲੇਬੀਆਂ ਖਵਾਉਂਦੇ ਆ, ਮਰੇ ਦੇ ਮੂੰਹ ਤੇ ਘਿਓ ਲਾਉਂਦੇ ਆ। ਕਬੱਡੀ ਮਾਣ ਹੈ, ਬਹੁਤ ਸੋਹਣਾ ਮੈਚ ਦੋਨਾਂ ਟੀਮਾਂ ਦੇ ਦਰਮਿਆਨ ਖੇਡ ਮੈਦਾਨ ਦੇ ਵਿੱਚ ਚੱਲਦਾ ਹੋਇਆ। ਹਾਫ ਟਾਈਮ ਹੋ ਚੁੱਕਾ ਹੈ, ਸਿਰੇ ਦਾ ਮੈਚ ਆਇਆ, ਜਿੱਤਾਂ ਹਾਰਾਂ ਦੇ ਫੈਸਲੇ ਥੋੜੇ ਸਮੇਂ ਤੱਕ ਖੁੜੇ ਹੈ। ਜਾਂ ਸੂਰਜ ਚੜ੍ਹਦਿਆਂ ਲਾਲੀਆਂ ਸਰਦਾ, ਜਾਂ ਸੂਰਜ ਸੁੱਪਦਿਆਂ ਲਾਲੀਆਂ ਸਰਦਾ। ਅੱਜ ਦੇ ਖੇਡ ਮੇਲੇ ਦੀ ਸਮਾਪਤੀ ਜਿਹੜੀ ਹੈ ਉਹ ਸੂਰਜ ਦੀ ਲਾਲੀ ਦੇ ਨਾਲ ਹੋਵੇਗੀ, ਔਰ ਸੂਰਜ ਦੀ ਲਾਲੀ ਦੇ ਨਾਲ ਹੋਵੇਗੀ। ਵੱਡੇ ਪਿਆਰ ਵੱਡੇ ਸਤਿਕਾਰ ਜਿਹੜੇ ਹੈ ਦਿੱਤੇ ਗਏ ਨੇ ਖੇਡ ਮੈਦਾਨਾਂ ਦੇ ਵਿੱਚ। ਸਾਰੀ ਮੇਲਾ ਪ੍ਰਬੰਧਕ ਕਮੇਟੀ ਦਾ ਇੱਕ ਵਾਰੀ ਅਸੀਂ ਫਿਰ ਧੰਨਵਾਦ ਕਰਾਂਗੇ। ਸਮੂਹ ਨਗਰ ਲਾਕਾ ਨਿਵਾਸੀ ਵੀਰ ਜਨਾਤੀ ਕਰਕੇ ਅੱਜ ਇੱਥੇ ਰੌਣਕਾਂ ਲੱਗੀਆਂ ਹੋਈਆਂ ਕਿ ਰੌਣਕਾਂ ਲੱਗੀਆਂ ਹੋਈਆਂ। ਲੈ ਵੀ ਪੰਡਤਾ ਤੇਰੇ ਵਾਸਤੇ 100-200 ਰੁਪਈਆ ਪੁੱਜਿਆ। ਮਨੀਸ਼ ਕੁਮਾਰ ਭੱਠਾ ਮਾਲਕ ਨਾਲ ਸਾਡੇ ਦਿਲਬਾਗ ਸਿੰਘ ਜੀ ਬੱਬੂ ਉਹਨਾਂ ਵੱਲੋਂ ਵੀ 200। ਪੰਡ ਪਿੰਕੀ ਪ੍ਰਧਾਨ ਮੰਨਾ ਡੇਰੀ ਵਾਲ ਮੇਰਾ ਵੀਰ ਪੰਡਤ ਦੇ ਵਾਸਤੇ। ਨਵਤੇਜ ਸਿੰਘ ਜੀ ਆਖਦੇ 100 ਸਾਡਾ ਵੀ, ਸਾਡੇ ਰਵੀ ਉਹ ਆਖਦੇ ਮਾਣ ਸਮਾਨ। ਭਾਜੀ ਮੈਚ ਬੜਾ ਵਧੀਆ, ਪੈਸੇ ਆ ਜਿਹੜਾ ਕਬੱਡੀ ਪਾ ਰਿਹਾ ਇਹਦੇ ਵਾਸਤੇ ਵੀ 200 ਰੁਪਈਆ ਸਾਡੇ ਮਨੀਸ਼ ਕੁਮਾਰ ਭੱਠਾ ਮਾਲਕ ਵੱਲੋਂ ਪੁੱਜੇ ਆ। ਭਾਜੀ ਖਿਡਾਰੀਆਂ ਦੇ ਪੈਸੇ ਪੰਡਤਾ ਤੇਰੇ ਵਾਸਤੇ ਜ਼ਿਆਦਾ ਆਏ ਆ। ਹੁਣ ਕਬੱਡੀ ਤਿੰਦਾ ਪਰਜੀਆਂ ਵਾਲਾ ਤੇ ਜਫਾ, ਉਹ ਜਿਹਦਾ ਸਵਾਦ ਆਇਆ ਤਾੜੀਆਂ ਮਾਰ ਦਿਓ। ਮਜ਼ਾ ਆ ਗਿਆ ਹੈ ਕਬੱਡੀ ਦਾ ਖੇਡ ਮੈਦਾਨ ਦੇ ਵਿੱਚ। ਬਹਿਜਾ ਬਹਿਜਾ ਹੁੰਦੀ ਹੋਈ ਵੱਡੇ ਆਸ਼ੀਰਵਾਦ ਵੱਡੇ ਪਿਆਰ ਜਿਹੜੇ ਦਿੱਤੇ ਜਾ ਰਹੇ ਨੇ ਕਬੱਡੀ ਨੂੰ। ਮੈਚ ਜਿਹੜਾ ਸਿਰੇ ਦਾ ਚੱਲਦਾ ਹੋਇਆ ਦੋਨਾਂ ਟੀਮਾਂ ਦੇ ਦਰਮਿਆਨ ਖੇਡ ਮੈਦਾਨ ਦੇ ਵਿੱਚ। ਲਾਪੀ ਪਾਰ ਰੇਡ ਨੌਜਵਾਨਾਂ ਖੇਡ ਮੈਦਾਨ ਦੇ ਵਿੱਚ ਸਿਵ ਜੋਧਿਆਂ ਵਾਲਿਆ ਕਰ ਗੱਲ ਨੌਜਵਾਨਾਂ, ਇਸ ਵੇਲੇ ਪੰਜਾਬ ਦੀ ਜਵਾਨੀ ਦੀ ਖੇਡ ਮੈਦਾਨ ਦੇ ਵਿੱਚ ਹੁੰਦੀ ਹੋਈ। ਯੋਧੇ ਦੇ ਵਾਸਤੇ ਮਨੀਸ਼ ਕੁਮਾਰ ਭੱਠਾ ਮਾਲਕ ਵੱਲੋਂ 200 ਤੇ ਨਾਲ ਉਹ ਬੱਲੇ ਬੱਲੇ ਇਹਨੂੰ ਕਹਿੰਦੇ ਕਾਂਟੇ ਦਾ ਟੱਕਰ, ਇੱਕ ਜੱਫਾ ਇਧਰੋਂ ਤੇ ਇੱਕ ਉਧਰੋਂ, ਬਦਲੇ ਲੈਣ ਵਾਲੀ ਗੱਲ ਹੈ। ਲਾਪੀ ਤਾਲੇ ਪਾਣੀ ਤੋਂ ਜਿਉਣੇ ਨੂੰ ਸੱਤ ਖੱਤ ਪਿਛਨੇ ਨੇ ਪਾਇਆ, ਤੂੰ ਬਦਲਾ ਲੈ ਲਈ ਜੂਣਿਆ, ਜੇ ਮਾਂ ਦਾ ਜਾਇਆ ਤੂੰ ਬਦਲਾ ਲੈ ਲਈ ਜੂੜਿਆ। ਵਾਹ ਬਦਲਾ ਇਸ ਪਿੰਡ ਨੇ ਕਹਿੰਦੇ ਜਗਤਾਰ ਸਿੰਘ ਜੱਗੇ ਨੂੰ ਜਨਮ ਦਿੱਤਾ, ਜਿਹੜਾ ਹਾਕੀ ਪਲੇਅਰ ਰਿਹਾ ਮੇਰੇ ਵੀਰੋ ਬਾਬਾ ਬਕਾਲਾ ਸਾਹਿਬ ਇੱਧਰ ਰਈਆ ਸ਼ਹਿਰੀ ਪ੍ਰਧਾਨ ਮੇਰੇ ਵੀਰੋ, ਉਹਨਾਂ ਦਾ ਵੀ ਧੰਨਵਾਦ। ਕਬੱਡੀ ਨੌਜਵਾਨ ਪਾਉਣ ਦੇ ਵਾਸਤੇ 25 ਥੋੜਾ ਕੁ ਆਪਣੇ ਆਪ ਨੂੰ ਝੁਕਾਇਆ ਤੇ ਚਾਰ ਜਾਫੀਆਂ ਵਿੱਚੋਂ ਯੋਧੇ ਨੇ ਹਮਲਾ ਕੀਤਾ। ਯੋਧਾ ਵੀ ਕਹਿੰਦੇ ਅੱਖਾਂ ਵਿੱਚ ਅੱਖਾਂ ਪਾ ਕੇ ਖੇਡਣ ਵਾਲਾ, ਪਰ 25 ਉੱਪਰ ਦਾ ਖਿਡਾਰੀ ਹੈ। 25 ਇੱਕ ਅੰਕ ਦਾ ਵਾਧਾ ਸੁਰਖਪੁਰ ਉਰਲੇ ਪਾਸੇ ਹੋ ਚੁੱਕੀ ਹੈ। ਆ ਚੱਲਿਆ ਫਿਰ ਨੌਜਵਾਨ ਸੁੱਚਾ, ਇਸ ਵੇਲੇ ਧਰਮੀਪੁਰ ਦੀ ਧਰਤੀ ਦਾ ਸੁੱਚਾ ਸਰੀਰ ਗੁੰਦਿਆ, ਚੁੰਡੀ ਨਹੀਂ ਵੱਡੀ ਜਾ ਸਕਦੀ ਹੈ ਸਰੀਰ ਦੇ ਉੱਤੇ, ਐ ਕੱਲਾ ਕੱਲਾ ਮਸਲ ਪਿੰਡੇ ਤੇ ਗੀਤ ਗਾਉਂਦਾ, ਕੱਲਾ ਕੱਲਾ ਮਸਲ ਪਿੰਡੇ ਤੇ ਗੀਤ ਗਾਉਂਦਾ। ਬਬਲੂ ਨਿਊਜ਼ੀਲੈਂਡ ਦੇ ਪਿਤਾ ਜੀ ਆਵਾਜ਼ ਸੁਣਦੇ ਤੇ ਸਟੇਜ ਦੇ ਉੱਤੇ ਆ ਕੇ ਆਪਣਾ ਸਨਮਾਨ ਹਾਸਲ ਕਰਨ, ਬਬਲੂ ਦੇ ਪਿਤਾ ਜੀ। ਹੁਣ ਯੋਧਾ
जिन्हें नौजवान ने खुराकां खादियां गुंदमा जा शरीर है जद तुरिया पाले तो वेखदे जाफी नाल चलाकी इक कनी ते अमन पत्तड़ विचकार देखांगे गुलाबा ते डौण परली कनी ते देखांगे जोधा यादे दा वीर यादा विदेशां च बुकदा है ये पंजाब दी धरती ते पर गुलाबा कहिंदा छड्डो मैनू मैं जोधे टांडे वाले नूं डक के दिखाउणा है पर ओ देखांगे पॉइंट पापी रेड नौजवाना लापी लाल सुहा गबरू दा रंगे मार रोट रेड पाउण दे लई मार पड़ते थापी तेंदा पर्दियां वाला कदे सज्जे कदे खब्बे आओ वेखांगे पिड़दी हुई जवानी पर पॉइंट जिहड़ा सी और रेडर दे हिस्से और ताबी दे हिस्से सरवण चलिया छापियां वाल जिस पिंड दा जीतू यूके दा वसनीक है या फिर कहिंदे बिल्ले प्रधान दीआं गल्लां गुलजार डाक्टर दीआं गल्लां उसे पिंड दा कहिंदे इह नौजवान सरवण के छेती कर सरवण पुत्रा पानी पिला दे ओह कहिंदे ने मापे तेरे ओह कहिंदे ने जाफी तेरे पॉइंट लिया दे ओए इह सरवण मुकाबला करके एक अंक दा वाधा हाल किया फिर पड़ता दा मुंडा लापी जो जलंधर कबड्डी कप का सर्वोत्तम धावी बनया है तो फिर गोली गोली अतल पुरिया पंडित की कौटी उ गोली का जफा कली लग गई अबानू कली लग गई अबानू पॉइंट पॉइंट लापी जाफी दी लै भी जोधिया उन्होंने ढाडा ढाया ते तुसी इना दा ढाओ ते स्वाद ना आयो जे उन्हें 21 पाई आ ते तुसी 31 पाओ पता फिर लगदा जोरां दा अज टेक्निकल पॉइंट रेडर ते तेंदा परजियां वाला मेरे वीरो पूरा गोरा रंग है शाहकोट एरिया ते परजियां पिंड है उसे पिंड का कहते मां का शेर पुत कबड्डी का स्टार विदेशों में ना चलता जटता तंदा परदियां वाला खेड मैदान में धूरा पटता दूजे पासे देखांगे सरदार गणेश सो पटे का पुत्र तारी खीना बढ़ गया बल्ले 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 पर पैंट परदियां वाला तंदा अपनी टीम के लिए जोड़ता हुआ है कि पंगा पे तो पता लगता कि रेड बराबर करता पाड़ मारनी ते पिट पिछे होंदी सौगी कटनी गाल मित्रो पता लगदा है उदों जदों हाथ जुड़दे बगाने पुत्तां नाल मित्रो जोधा 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 ते जोधा जोधा ते जोधा दोवें जोधे ने ओ बल्ले बल्ले इक्को जी राशि इक्को जिहा खेल मैदान मारियां तारियां दर्शकां ओ तगड़ा नौजवान मेजर आ गया सुचा कबड्डी पाउण दे वास्ते वखरा नजारा आउंदा ए जदों अपने आप तारियां वजदे ओ की गल बण गई नी कोई गल ना समझ विच आवे तकले नूं बल पै गया कोई तंद ना लपेटिया जावे या सुचे दी कौडी उत्ते अतलपुरिया गोली वाह बह जा हुंदी होई दर्शक वीरियो जेकर मजा आ रिहा ते मारो इक वारी तारियां हरजीत सिंह जी नूरपुर नूरपुर लियाना लबाने तो नूरपुर लबाने तो पुजिया हरजीत सिंह जी उन्होंने वालों जेतू टीम को 200 रुपया बोल दिता है मैं जी मेरे को आगे 200 ये तो जित देगी तो 200 ते 500 अमरीक सिंह जी संधु उन्होंने वालों बोले गए ने सिद्धू साहब उन्होंने वालों ते कबड्डी कबड्डी सरवण वाह वाह सरवण से अज तो एरिया लग गया है गवांड पिंड का सरवण छापिया बल एक अंक का अज बहुत सोहनिया कबड्डिया पाइया है सरदार स्वर्ण सोह दे पुत ने तिंदा परजिया वाला मेरे पंजाबी वीरियो कबड्डी का मगिया अंगार कबड्डी पाउण दे वास्ते ते मैच भी पूरा फसया है ला भी सरबजीत प्राचिया कर कौडी दी गल 25 पाउण चलिया है गुरमीत लाडी उन्होंने पिछले साल बहुत योगदान दिता है पर ऐरका उन्होंने योगदान नहीं आया उन्हों की सेवा साडे क्लब नूं दे दित्ती जावे बहुत वधिया मैच दोनों टीमों के दरमियान चलता होया कबड्डी का खेड मैदान दे विच लापी पास सुची अगली रेड सामने सुचा फिर अगे वधिया होया लाउन जवान हल्के हल्के कदम खिलारिया हुई बावां चुकिया होया चुकिया है के कबड्डी 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 मारो ताड़ियां दर्शक वीरियो सुचा पॉइंट इस वेले अपनी टीम के लिए जोड़ता होया धर्मी परदी धरती नूं और मान है इस नौजवान गबरू ते सामने नौजवान बच्ची अगे नूं वधदा होया है चारे गबरू तैयार पर तैयार होया है सामने कौन बच्ची सगरप्रिया नूं जफा लावेगा पर बाज वाली उंगल खड़ी करदा है बाज वाली उंगल दसदी है इस नौजवान ने किसे उस्ताद दी मार खाधी है पंडित चलिया कबड्डी पाउण दे वास्ते मेरे वीरियो
नौ दे नौजवान ने बामा खलार दित्तियां ते दूजे पासे खीरा बाल दे दो जाफी ने नहीं जफा लग सकिया पॉइंट पंडत दा एक अंक दा साडे गुरमीत सिंह जी लाडी उन्होंने बेनती है कि अपना योगदान साडे क्लब नूं जिहड़ा पाउंदे हो पा दिओ लो कबड्डी खेड मैदान दे विच सरवण चलिया मेरे वीरो ओ चेता सरवण लैके आउंदा पॉइंट ते ताड़ियां वजणियां चाहीदियां क्योंकि इस एरिए दा बाबे बकाले दी इक पासे दुनिया दी बेहतरीन चैनबा पर कबड्डी मारवा इक पासे नौजवान खेड मैदान दे विच ओ वाह वाह नहीं जफा ला सकिया अमन पत्तर ते पाड़ जड़ा सी भाजी सरबजीत नहीं 700 दा जफा जड़ा लावे 500 रवि ठेकेदार वालों 200 अमरीक सिंह जी सिद्धू साहब उना वालों 700 दा जफा 700 दा मलूक मलूक दा दिंदा मलूक दा दिंदा बल्ले 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 नहीं जफा लगा 700 सेवा 700 ਦਾ ਸੂਟ ਤੇਰੇ 2600 ਦੇ ਗਹਿਣੇ 250 ਦੀ ਜੁੱਤੀ ਤੇਰੀ ਪਾਪੋ ਦੀ ਇਹ ਪੈੜੇ ਪੂਰੇ 3550 ਦੇ ਵਿੱਚੋਂ ਹੋਈ ਭੁੱਲ ਕੋਈ ਨਾ ਤੇਰੇ ਇਸ ਜਫੇ ਦਾ ਜਵਾਨਾ ਮੁੱਲ ਕੋਈ ਨਾ ਕਿ ਤੇਰੇ ਇਸ ਜਫੇ ਦਾ ਜਵਾਨਾ ਜਿਹੜਾ ਇਹਨੂੰ ਜਫਾ ਲਾਵੇ 400 ਪਿੰਕੀ ਪ੍ਰਧਾਨ ਤੇ ਰਵੀ ਠੇਕੇਦਾਰ ਵੱਲੋਂ ਲੈ ਵੀ ਕਰ ਫਿਰ 400 ਮਰੀਕ ਸਿਆਂ ਇਕੱਠਾ ਪਿੰਕੀ ਪ੍ਰਧਾਨ ਨੂੰ ਕਹਿ 200 ਨੂੰ ਥੁੱਕ ਲਾ ਪਰ ਇਧਰਲੇ ਪਾਸੇ ਜਫਾ ਜਫਾ जस्सा ए जस्सा वा ए आ जस्सा और कहंदे पंडोरी पिंडवा मिंदू दा सोटा पाई है एक मां दो पुत्र जरूर पैदा कर सकदी है पर उस मां दी कुख सुलखड़ी हो जांदी है सोनू अब पैहे सोनू ओ जफा ओ की गल बनी जांदी है कईतरों एक उतरों ए आ सरदार टोर रख जवाना जफा उतारिया करी ओरदर टीसी दा बेर ला के दिखाया नौजवान मेजर टोर ने मेजर टोर खेड मैदान दे विच नौजवान ने दसिया किदा जफे लाई दे है ला भी खेड मैदान दे विच नौजवान बच्ची सकरप्रिया रेड पाउंदा है एक कनीटा जस्सा पंडोरी वाला काले रंग दी निकर दे विच चारे गबरू तैयार पर तैयार दो नंबर ते खड़ गया मूरे चीर दी कंध बन के कहंदा नग के विखा मासी दिया पुता नग के विखा जोता नौजवान नहीं जफा ला सकिया सुरख लो सामने पासे जोता खेड मैदान विच महमद वालिया कबड्डी पा रहा मेरी वीरियो ये भी नौजवान बहुत नॉनस्टॉप कबड्डियां पा रहे अज सरदार परमजीत दे घर दा शिंगार महमद वालिया जोता दूजे पासे तारी कहिंदे गुरमेश सिंह पड्डे दा मुंडा खेड मैदान ओ खीरा वालिया या तारी खीरा वालिया जदो जफा लाउंदा फिर पौण गाउंदी गीत होंदे ने खिडारियां दे मापे धन दे ए तारी खीरा वालिए नूं लोक मनदे अज सरवण ते वी बाबे गुरु तेग बहादुर जी दी कृपा है बहुत वड्डियां कबड्डियां पाईआं है पर सरवण ने धागे पाए लगदा बाबिआं नूं मनदा है मच के रह नौजवाना गुरु तेग जिथे डुबदा बेरा तारिआ गुरु तेग बहादुर ने ओ जफा जफा जे सरवण पॉइंट लैके आउंदा तां साडा वीर उधरले पासे डोन राजन स्टूडियो वालों दिता जाना पर जफा लाग नागवल पै गया सिव हुण किथे जाना है नागवल पै गया पाइट जिहड़ा सी जाफी दी हिस्सी है 700 दी ਭਾਜੀ ਆ ਮੈਂ ਗੱਲ ਕਰਾਂ 700 ਦੀ 500 ਰਵੀ ਠੇਕੇਦਾਰ ਵੱਲੋਂ 200 ਸਾਡੇ ਵੀਰ ਅਮਰੀਕ ਬਦਾਦਪੁਰ ਵਾਲੇ ਮਨੀਸ਼ ਜੀ 200 ਇਧਰ ਬਾਬਾ ਬੁਲੰਦ ਸਾਹਿਬ ਕਬੱਡੀ ਕਲੱਬ ਸੁਰਖਪੁਰ ਵੱਲੋਂ ਫਿਰ ਨੌਜਵਾਨ ਦਰਜੀਆਂ ਵਾਲਾ ਤਿੰਦਾ ਬਹੁਤ ਹੀ ਸ਼ਾਨਦਾਰ ਪੁਆਇੰਟ ਜਿਹੜਾ ਹੈ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਛੱਬੇ ਭਾਜੀ ਤਿੰਦੇ ਦੀ ਕਬੱਡੀ ਪੈ ਲੈਂਦੇ ਅਗਰ ਕਿਉਂਕਿ 900 ਤੱਕ ਗੱਲ ਪਹੁੰਚ ਗਈ ਇਸੇ ਤਰ੍ਹਾਂ 500 ਤੋਂ ਗੱਲ ਨਡਾਲੇ ਦੇ ਕਬੱਡੀ ਕੱਪ ਤੇ ਚੱਲੀ ਸੀ ਤੇ 2.5 ਲੱਖ ਤੇ ਗੱਲ ਮੁੱਕੀ ਸੀ ਹੁਣ कबड्डी कबड्डी मारवा इधरले पासे रियल किंग यूएसए वालों रेड पई है जोधे नौजवान दी टांडे वाला जोधा पॉइंट जेड़ा सी भाई ग्राउंड क्लियर कर दे बब्बू तुर फिर के जेड़े आ वीर पिछे कर दे सारे जेड़े पिछले खिलाड़ी साडा वीर प्रदीप टैणा कबड्डी 365.com ਅਸੀਂ ਰਿਣੀਆਂ ਸੁਣੀਤ ਜੇ ਪੰਡਤ ਪੁਆਇੰਟ ਲੈ ਕੇ ਆਉਂਦਾ ਤਾਂ ਕਹਿੰਦੇ ਰਵੀ ਠੇਕੇਦਾਰ ਵੱਲੋਂ ਮਾਨ ਸਨਮਾਨ ਦਿੱਤੇ ਜਾਣੇ ਆ ਨਾਲ ਸਾਡੇ ਸਤਿਕਾਰਯੋਗ ਵੀਰਾਂ ਦੋਨਾਂ ਬੁਲਾਰਿਆਂ ਦੇ ਵਾਸਤੇ ਅਮਰੀਕ ਜੀ ਬਦਾਦਪੁਰ ਵਾਲਿਆਂ ਵੱਲੋਂ 200 ਸਿੱਧੂ ਸਾਹਿਬ ਉਹਨਾਂ ਵੱਲੋਂ ਰੱਖ ਲਾ ਗੋਲੇ ਕੋਈ ਨਹੀਂ ਉਧਰਲੇ ਪਾਸੇ ਬੱਚੀ ਕਬੱਡੀ ਪਾ ਰਿਹਾ ਕਿ ਬੱਚੀ ਨਹੀਂ ਬੱਚੀ ਇਹਨਾਂ ਜੱਟਾਂ ਤੋਂ ਇਹ ਫੜਨ ਮੋਟਿਆਂ ਪੱਟਾਂ ਤੋਂ ਇਹ ਪਤੰਦਰ ਬਾਲੇ ਨੇ ਹੱਥ ਲਾ ਕੇ ਉਂਗਲ ਖੜੀ ਕਰਦਾ ਹੈ ਕਿ ਪੁਆਇੰਟ ਰਾਇਲ ਕਿੰਗ ਯੂਐਸਏ ਦੀ ਟੀਮ ਦੇ ਖਾਤੇ ਤਿੰਦਾ ਆ ਗਿਆ ਭਾਜੀ 900 ਦੀ ਗੌਡੀ ਹੈ
900 ਭਾਜੀ ਇਕੱਠਾ ਕਰਾਂਗੇ ਲੱਗਾ 500 ਰਵੀ ਠੇਕੇਦਾਰ ਵੱਲੋਂ ਜਿਹੜਾ ਜਫਾ ਲਾਵੇ ਲੈ ਵੀ ਤਾਰੀ ਤਾਰੀ ਲਾ ਸਿੱਪੀ ਮੇਜਰ ਕਹਿੰਦਾ ਛੱਡ ਸ਼ਿਵ ਮੈਂ ਢੱਕ ਕੇ ਦਿਖਾਉਣਾ ਇਹ ਆ ਮੇਜਰ ਪਰ ਤਿੰਦਾ ਭਾਜੀ ਹੁਣ ਤਿੰਦੇ ਦੀਆਂ ਇੱਕ ਕਬੱਡੀ ਹੋਰ ਪਵਾ ਦਈਏ ਜੇ ਤਿੰਦਾ ਲੈ ਗਿਆ ਤਿੰਦੇ ਨੂੰ ਦੇ ਦਈਏ ਠੀਕ ਬਹੁਤ ਸ਼ਾਨਦਾਰ ਮੈਚ ਦੋਨਾਂ ਟੀਮਾਂ ਦੇ ਦਰਮਿਆਨ ਚੱਲਦਾ ਹੋਇਆ ਖੇਡ ਮੈਦਾਨ ਦੇ ਵਿੱਚ ਬਾਜਾ ਬਾਜਾ ਹੁੰਦੀ ਹੋਈ ਇੱਕ ਪਾਸੇ ਬਹੁਤੀ ਬੜੀ ਹੋ ਸੋਹਣੀ ਚੈੜ ਚਾਰੇ ਗੱਭਰੂ ਚੋਟੀ ਦੀ ਹੈ ਕੌਣ ਜਾਫੀ ਜਫਾ ਲਾਵੇਗਾ ਕੌਣ ਕੀਰ ਕੇ ਪਟਾਰੀ ਵਿੱਚ ਪਾਵੇਗਾ ਲਾਪੀ ਜੋਦਿਆ ਪਤਾ ਲੱਗ ਜੀ ਅੱਜ ਕਿ ਜਾ ਦੇ ਵਰਗੇ ਜਫੇ ਲਾਉਣੇ ਹੈ ਰਾਜਨ ਸਟੂਡੀਓ ਵੱਲੋਂ ਸਰਵਣ ਦਾ 200 ਰੁਪਏ ਦੇ ਨਾਮ ਲੈ ਵੀ ਤਿੰਦੇ ਭਾਜੀ ਲਾਸਟ ਕਬੱਡੀ ਜੇ ਤਾਂ ਤੂੰ ਸਰਖਪੁਰੀਆ ਪੰਡਿਤ 900 ਰੁਪਇਆ ਤਿੰਦੇ ਦਾ ਭਾਜੀ ਜੇ ਤਿੰਦਾ ਮੁੜਦਾ ਸੁੱਚਾ ਕਬੱਡੀ ਪਾ ਰਿਹਾ ਤੇ ਸਰਖਪੁਰੀਆ ਦੁੱਲਾ ਖੇਡ ਮੈਦਾਨ ਦੇ ਵਿੱਚ ਦੁਨੀਆ ਦੇ ਸਟਾਰ ਖਿਡਾਰੀ ਖੇਡ ਮੈਦਾਨ ਦੇ ਵਿੱਚ ਪੰਡਿਤ ਸੁਰਖਪੁਰੀਆ ਤੇ ਦੁੱਲਾ ਸੁਰਖਪੁਰੀਆ ਖੇਡ ਮੈਦਾਨ ਦੇ ਵਿੱਚ ਵਾਹ ਇੱਧਰ ਸੁੱਚਾ ਧਰਮੀ ਪਰਵਾਰਾ ਖੇਡ ਮੈਦਾਨ ਦੇ ਵਿੱਚ ਪੁੱਟੀ ਹੋਈ ਖੁੱਚ ਤੇ ਪੈਡ ਜ਼ਾਫੀ ਦੇ ਲਈ ਹੈ ਉਹ ਜੇ ਤਾਂ ਦੋ ਦੋ ਕੌਡੀਆਂ ਤੇ ਸਵਾਦ ਲੈਣਾ ਤੇ ਹਰ ਜਫਾ ਤਾੜੀਆਂ ਦੇ ਨਾਲ ਹੁਣ ਕਬੱਡੀ ਭਾਜੀ ਹੁਣ ਐਂਡ ਤੇ ਹੀ ਹੈ ਹੁਣ ਤਾਂ ਕਰ ਦਿਓ ਸ਼ੁਰੂ ਕਬੱਡੀ ਕਹਿੰਦੇ ਚੱਲਿਆ ਪਾਉਣ ਦੇ ਵਾਸਤੇ ਜੋਧਾ ਜਦ ਤੁਰਿਆ ਪਾਲੇ ਤੋਂ ਮਾਰ ਕੇ ਥਾਪੀ ਜਿਹੜਾ ਜਫਾ ਲਾਉਂਦਾ ਅਮਰੀਕ ਸਿੱਧੂ ਸਾਹਿਬ ਆਖਦੇ ਹੈ ਪ੍ਰੋਪਰਟੀ ਐਡਵੇਂਚਰ ਉਹਨਾਂ ਵੱਲੋਂ 200 ਦਿੱਤਾ ਜਾਣਾ ਹੈ ਤੇ ਆ ਗਲਾਬਾ ਟਰਾਈ ਕਰਦਾ ਹੈ ਤਿੰਦੇ ਭਾਜੀ ਇੱਕ ਕਬੱਡੀ ਤੇਰੀ ਪੈਣੀ ਚਾਹੀਦੀ ਭਾਜੀ ਤਿੰਦੇ ਤਿੰਦੇ ਸ਼ਾਹਕੋਟੀਆ ਇੱਕ ਕਬੱਡੀ ਤੇਰੀ ਪਵੇ ਤਾਂ ਸਵਾਦ ਆਵੇ ਪੰਡਿਤ ਕਬੱਡੀ ਪਾ ਰਿਹਾ ਮੇਰੇ ਵੀਰੋ ਰਾਇਲ ਕਿੰਗ ਯੂਐਸਏ ਦੇ ਚਾਰ ਜਾਫੀ ਇਧਰਲੇ ਪਾਸੇ ਕਹਿੰਦੇ ਸੁਰਖਪੁਰ ਦੀ ਤਰਫੋਂ ਪੁਆਇੰਟ ਜਿਹੜਾ ਸੀ ਇਸ ਵੇਲੇ ਬਾਬਾ ਬੁੱਲਨ ਸਾਹਿਬ ਕਬੱਡੀ ਕਲੱਬ ਸੁਰਖਪੁਰ ਦੇ ਲਈ ਜੋੜਦਾ ਹੋਇਆ ਪੰਡਿਤ ਨੌਜਵਾਨ ਹੁਣ ਰਹਿ ਗਈ ਇੱਕ ਇੱਕ ਕਬੱਡੀ ਲੈ ਵੀ ਹੁਣ ਭਾਜੀ ਇੱਕ ਇੱਕ ਪਵਾ ਦੇ ਲਾਲੀ ਇਦਾਂ ਚੰਗਾ ਨਹੀਂ ਆ ਕਬੱਡੀ ਨੇ ਫੈਸਲੇ ਕਰਨੇ ਹੈ ਕਿ ਮਾਣ ਹੈ ਕਬੱਡੀ ਜਗ ਦੇ ਵਿੱਚ ਭਾਜੀ ਇੱਕ ਇੱਕ ਪਾਣੀ ਚਾਹੀਦੀ ਹੈ ਮੈਚ ਭਾਵੇਂ ਜਿੱਤ ਹਾਰ ਹੋਈ ਹੈ ਤਿੰਦੇ ਭਾਜੀ ਲੱਖ ਲੱਖ ਦੀ ਕਬੱਡੀ ਹੈ ਜੇਕਰ ਵਾਹ ਦਰਸ਼ਕ ਅਜੇ ਵੀ ਚਾਹੁੰਦੇ ਆ ਕਿਉਂਕਿ ਜੇ ਤਾਂ ਮੈਚ ਦਾ ਸਵਾਦ ਆਇਆ ਤਾੜੀਆਂ ਮਾਰ ਦਿਓ ਦਰਸ਼ਕ ਵੀਰੇ ਮਾਰ ਕੇ ਜਾਓ ਇੱਕ ਵਾਰੀ ਵਾਹ ਕਬੱਡੀ ਪਿਆਰ ਹੈ ਭਾਜੀ ਤਿੰਦੇ ਦਾ ਜ਼ਰੂਰ ਮਾਣ ਸਨਮਾਨ ਕਰੋ ਭਾਵੇਂ ਘੱਟ ਕਰ ਦਿਓ ਭਾਵੇਂ 200 ਘਟਾ ਦਿਓ ਪਰ ਤਿੰਦੇ ਦਾ ਜ਼ੋਰ ਲੱਗਾ ਹੈ ਸਾਰੀ ਮੇਲਾ ਪ੍ਰਬੰਧਕ ਕਮੇਟੀ ਦਾ ਫਿਰ ਇੱਕ ਵਾਰੀ ਧੰਨਵਾਦ ਮਿਹਰਬਾਨੀ ਸ਼ੁਕਰੀਆ ਸਾਰੇ ਵੀਰਾਂ ਦਾ ਲੈ ਵੀ ਸਰਬਜੀਤ ਭਾਜੀ ਪੁਆਇੰਟ ਦੱਸੀ ਆ ਕੇ ਨੌਜਵਾਨਾਂ ਅੰਕਾਂ ਦਾ ਜਿਹੜਾ ਵੇਰਵਾ ਹੈ ਜਿੱਤਾਂ ਹਾਰਾਂ ਦੇ ਫੈਸਲੇ ਕਿਹਦੇ ਹੱਕ ਵਿੱਚ ਨੇ ਜੇਤੂ ਦਾ 500 ਰੁਪਇਆ ਭਾਜੀ ਆ ਜਾ ਭਾਜੀ ਇਹ ਆ ਮਰੀਤ ਸਿੰਘ ਜੀ ਮਿੱਠਾ ਮਿੱਠਾ ਭਾਜੀ ਢੋਲ ਬੰਦ ਕਰੀ ਭਾਜੀ ਆਪਾਂ ਪੁਆਇੰਟ ਦੱਸ ਦਈਏ ਜੇਤੂ ਦਾ 500 ਰੁਪਇਆ ਅਮਰੀਕ ਸਿੰਘ 200 ਭਾਜੀ ਕਿੱਧਰ ਹੁਣ ਮੈਂ ਕੀ ਕਰਾਂ ਰੱਸਾ ਪੈਂਦਾ 200 ਭਾਜੀ ਮਨੀਸ਼ ਕੁਮਾਰ ਭੱਠਾ ਮਾਲਕ ਉਹ ਦੇ ਦਿਓ ਭਾਜੀ ਬੇਨਤੀ ਆ ਭਾਜੀ ਛਾਪਿਆਂ ਵਾਲ ਪੁਆਇੰਟ ਭਾਜੀ ਆਪਾਂ ਦੱਸਣ ਲੱਗੇ ਹਾਂ 36 ਪੁਆਇੰਟ ਨੇ ਸੁਰਖਪੁਰ ਦੀ ਟੀਮ ਦੇ ਮੇਰੇ ਵੀਰੋ ਬਾਬਾ ਬੁੱਲਣ ਸ਼ਾਹ ਕਬੱਡੀ ਕਲੱਬ ਹਸਨਪੁਰ ਦੇ 36 36.5 ਤੇ ਛਾਪਿਆਂ ਵਾਲ ਦੇ ਪੁਆਇੰਟ ਨੇ 43 ਛਾਪਿਆਂ ਵਾਲ ਦੀ ਟੀਮ ਜੇਤੂ ਰਹੀ ਹੈ